वाहेगुरु जी, वाहेगुरु तेरे कवन कवन गुण कह कह गावा, तू साहिब गुणी धन्ना, तुमरी महिमा वर्ण न सकूं, तुमरी महिमा वर्ण न सकूं, तुम ठाकुर ऊच भगवान, दर्शन प्यासी दिन सिर, चितव अनदिन नी, खोल कपट गुर मेलिया, नानक हर संग मीत। ਧੰਨ ਗੁਰੂ ਨਾਨਕ, ਇੱਕ ਓਂਕਾਰ ਸਤਨਾਮ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ, ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ, ਨਾਨਕ ਹੋਸੀ ਵੀ ਸਚ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ, ਜਪ ਸਚ ਜੁਗਾਦ ਸਚ ਹੈ ਵੀ ਸਚ, ਨਾਨਕ ਹੋਸੀ ਵੀ ਸਚ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ, ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ, ਨਾਨਕ ਹੋਸੀ ਵੀ ਸਚ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ, ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ, ਨਾਨਕ ਹੋਸੀ ਵੀ ਸਚ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ, ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ, ਨਾਨਕ ਹੋਸੀ ਵੀ ਸਚ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ, ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ, ਨਾਨਕ ਹੋਸੀ ਵੀ ਸਚ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ
अजूनी सै भंग प्रसाद जप आज सच जुगाद सच है भी सच नानक होसी भी सच ओंकार सतनाम करता पुरख निरपो निर्भय अकाल मूरत अजूनी सै भंग गुरप्रसाद जप आज सच जुगाद सच है भी सच नानक होसी भी सच एको ओंकार सतनाम करता पुरख निरभौ निर्वैर अकाल मूरत अजूनी सै भंग गुरप्रसाद जप आज सच जुगाद सच है भी सच नानक होसी भी सच एको ओंकार सतनाम करता पुरख निरपौ निर्वैर अकाल मूरत अजूनी सै भंग गुरप्रसाद जप आज सच जुगाद सच है भी सच नानक होसी भी सच सब को तेरे वस अगम अगोचर तू भगतां के वस भगतां तां तेरा जन नानक भगत दर तुल ब्रह्म समसर एक जी क्या बखान हां कह बल बल सद बलहार गुरु अर्जन देव जी परमेश्वर की उस्तुति करते करते पहले सवैये च श्री मुखवाक पंजवीं पातशाही देने सवैये श्री मुखवाक महला पंजवां पहलो परमेश्वर की उस्तुति करते हुए फिर की आख्या है कि महापुरुषां दा दरबार उन्दे तुल की है ते उस दरबार दी एक जीव की उस्तत कर सकती हे परमेश्वर तेरे संत तेरे भगत तेरे महापुरुष ਉਹਨਾਂ ਦੀ ਉਸਤਤ ਮੇਰੀ ਜੇਬਾ ਨਹੀਂ ਕਰ ਸਕਦੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਾਂ ਕਿ ਬਲ ਬਲ ਸਦਬਲਹਾਰ ਮੈਂ ਉਹਨਾਂ ਮਹਾਂਪੁਰਖਾਂ ਤੋਂ ਧੰਨ ਧੰਨ ਬਾਬਾ ਮਾਂ ਹਰਨਾਮ ਸਿੰਘ ਜੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਮਹਾਂਪੁਰਖ ਜਿਹਨਾਂ ਦੀ ਆਪਾਂ ਨੂੰ ਸੰਗਤ ਮਿਲੀ ਇਹਨਾਂ ਦੇ ਦਰ ਦੇ ਤੁਲ ਇੱਕ ਮਹਾਂਪੁਰਸ਼ ਦੇ ਦਰ ਦੇ ਤੁਲ ਕੋਈ ਚੀਜ਼ ਨਹੀਂ ਇਹ ਜੇਬ ਵੀ ਜੀਬਾ ਵੀ ਉਸਤਤ ਨਹੀਂ ਕਰ ਸਕਦਾ ਇੱਕ ਜਿਹੀ ਗਿਆ ਬਖਾਨੀ ਐਸੇ ਤੇਰੇ ਸਾਧੂਆਂ ਦੀ ਤੇਰੇ ਸੰਤਾਂ ਦੀ ਤੇਰੇ ਮਹਾਂਪੁਰਖਾਂ ਦੀ ਮੇਰੀ ਜੀਬ ਕੀ ਉਸਤਤ ਕਰੇ ਮੈਂ ਤਾਂ ਉਹਨਾਂ ਤੋਂ ਬਲਹਾਰ ਜਾ ਸਕਦਾ ਤੂੰ ਭਗਤਾਂ ਕਹਿ ਵਸ ਭਗਤਾਂ ਤਾਣ ਤੇਰਾ ਤੂੰ ਆਪਣੇ ਪਿਆਰਿਆਂ ਭਗਤਾਂ ਦੇ ਵਾਸੇ ਸਮਾਂ ਆਇਆ ਭਗਤ ਕਬੀਰ ਜੀ ਹੋਏ ਸਾਰੇ ਮਹਾਂਪੁਰਖ ਹੋਏ ਸਭ ਦੁਨੀਆਂ ਦੇ ਬੜੇ ਬੜੇ ਪੰਡਿਤ ਬੜੇ ਬੜੇ ਮੰਦਰਾਂ ਦੇ ਪੁਜਾਰੀ ਬੜੇ ਬੜੇ ਮੁਖੀਏ ਆਪੋ ਆਪਣੀ ਵਡਿਆਈ ਉਸਤਤ ਦਿਖਾਉਣ ਲੱਗੇ ਕਬੀਰ ਦੀ ਨਿੰਦਿਆ ਕਰਨ ਲੱਗੇ ਤੇ ਪਰਮੇਸ਼ਰ ਕਬੀਰ ਦੇ ਨਾਲ ਖੜਾ ਸਾਰੀ ਦੁਨੀਆ ਨੇ ਕਾਂਸੀ ਬਨਾਰਸ ਨੂੰ ਸਭ ਤੋਂ ਵੱਡਾ ਆਖਿਆ ਮ
मुसलमाना मक्का काबा गंग बनारस हिंदू हिंदुआं दा बनारस सब तो मुखी तीर्थ उसनू सब तो उची महानता दिती ते भगत कबीर जी कांसीपुरी नू त्याग के चले गए ते जाके उस धरती ते डेरा लाया जेड़ी धरती सरापी हुई सी जिनू सराप मिलिया हर का संत मरे हड़म्बे सगली सैन तराई मनो कठोर मरे बनारस जिथे भगवान शिव जी कहिंदे कन्ना च मंत्र दे जांदे आ बनारस वर्गा कोई वड्डा तीर्थ नहीं ते महापुरश कहिंदे आ जे कठोर ने मना दे ते बनारस च वी मर जाण नरक तो खाली नहीं जाणगे महापुरख हर का संत मरे हड़म्बे सगली सैन तराई खोज नाल नहीं किसे नूं हुंदा दुनिया दे लोक कहिंदे आ कि मेरी इत्थों दे MLA नाल DC नाल SSP नाल बन गई कोई कहिंदा उपर मेरी ਜਿਹੜਾ ਸਭ ਤੋਂ ਮੁਖੀ ਇਹ ਪੁਲਿਸ ਦਾ DGP ਮੁੱਖ ਮੰਤਰੀ ਉਹਨਾਂ ਤੱਕ ਬਣੇ ਕੋਈ ਕਹਿੰਦਾ ਇਸ ਤੋਂ ਉੱਚੇ ਉੱਚੇ ਹੈਗੇ ਨੇ ਪ੍ਰਧਾਨ ਮੰਤਰੀ ਹੈਗੇ ਦੁਨੀਆਂ ਦੀਆਂ ਦੌੜਾਂ ਜਾਂਦੀਆਂ ਨੇ ਚਮਤਕਾਰ ਵੱਲ ਚਮਕਦੇ ਸਿਤਾਰਿਆਂ ਵੱਲ ਪਰ ਸਤਿਗੁਰੂ ਕਹਿੰਦੇ ਆ ਚਮਕ ਕਿੱਥੇ ਆ ਜਿੱਥੇ ਨਾਮ ਜਪਣ ਵਾਲੇ ਸਾਧੂ ਸੰਤ ਮਹਾਂਪੁਰਖ ਰਹਿੰਦੇ ਆ ਜਿੱਥੇ ਪਰਮੇਸ਼ਰ ਨਾਲ ਜੁੜੀਆਂ ਹੋਈਆਂ ਰੂਹਾਂ ਰਹਿੰਦੀਆਂ ਨੇ ਜਿੱਥੇ ਨਾਮ ਜਪਿਆ ਜਾਂਦਾ ਹੈ ਜਿੱਥੇ ਸ਼ਾਂਤੀ ਤੇ ਭਗਤੀ ਵਰਤਦੀ ਅੱਗੇ ਅੰਮ੍ਰਿਤ ਪ੍ਰਵਾਹ ਸਰ ਆਪਣੇ ਅੰਮ੍ਰਿਤ ਪਰਵਾਰ ਸਰ ਅਤੁੱਲ ਭੰਡਾਰ ਭਰ ਪਰੈ ਹੀ ਤੇ ਪਰੈ ਅਪਰ ਅਪਾਰ ਪਰ ਆਪਣੋ ਭਾਵਨ ਕਰ ਮੰਤਰ ਨਾ ਦੂਸਰੋ ਧਰ ਉਪਤ ਪਰਲੋ ਏਕੈ ਨਿਮਖ ਨਾ ਤੋਇ ਘਰ ਆਨ ਨਾਹੀ ਸੰਸਰ ਉਜਿਆਰੋ ਨਿਰਮਰ ਕੋਟ ਪਰਾਚਿਤ ਜਾਹੇ ਨਾਮ ਲਏ ਹਰ ਹਰ ਇੰਨਾ ਕੁਝ ਕਹਿ ਕੇ ਇੰਨੀਆਂ ਵਡਿਆਈਆਂ ਕਹਿ ਕੇ ਫਿਰ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਜਨ ਨਾਨਕ ਭਗਤ ਦਰ ਤੁਰ ਬ੍ਰਹਮ ਸੰਸਾਰ ਏਕ ਜਿਹੀ ਕਿਹਾ ਬਖਾਣੀ ਹਾਂ ਕੇ ਬਲ ਬਲ ਸਦ ਬਲਾ ਉਹਨਾਂ ਮਹਾਂਪੁਰਸ਼ਾਂ ਦੇ ਰੱਬ ਦੇ ਪਿਆਰਿਆਂ ਦੇ ਦਰਬਾਰ ਦੀ ਮਹਿਮਾ ਉਸ ਦਰਬਾਰ ਦੀ ਮਹਿਮਾ ਉਸ ਦਰਗਾਹ ਦੀ ਮਹਿਮਾ ਉਸ ਸੱਚਖੰਡ ਦੀ ਮਹਿਮਾ ਜਿੱਥੇ ਮਹਾਂਪੁਰਸ਼ਾਂ ਨੇ ਬੰਦਗੀ ਕੀਤੀ ਨਾਮ ਜਪਿਆ ਉਹ ਦਰ ਸਾਧੂ ਦਾ ਦਰ ਸਾਧੂ ਮਹਾਂਪੁਰਖ ਦਾ ਦਰਬਾਰ ਜਿਸ ਦੀ ਗੁਰੂ ਸਾਹਿਬ ਸਾਧੂ ਸੰਤਾਂ ਦੀ ਮਹਾਂਪੁਰਖਾਂ ਦੀ ਨੂੰ ਮਾਣ ਦੇ ਰਹੇ ਨੇ ਤੂੰ ਭਗਤਾਂ ਕਹਿ ਵਸ ਭਗਤਾਂ ਤਾਣ ਤੇਰਾ ਤੂੰ ਆਪਣੇ ਪਿਆਰਿਆਂ ਭਗਤਾਂ ਦੇ ਵਸ ਭਗਤਾਂ ਦੇ ਅਧੀਨ ਹੈ ਅੰਮ੍ਰਿਤਸਰ ਦੀ ਰਹਿਣ ਵਾਲੀ ਇੱਕ ਬੀਬੀ ਜਿਹਦਾ ਨੇਮ ਦਰਬਾਰ ਸਾਹਿਬ ਦਾ ਭਾਂਡੇ ਮਾਂਜਣ ਦਾ ਸੇਵਾ ਕਰਨ ਦਾ ਸਾਰਾ ਦਿਨ ਉੱਥੇ ਰਹਿਣ ਦਾ ਪਤੀ ਉਹਦਾ ਆਪਣੇ
ਆਪਣੀ ਡਿਊਟੀ ਕਰਦਾ ਹੈ, ਉਹ ਬੀਬੀ ਦਰਬਾਰ ਸਾਹਿਬ ਸੇਵਾ ਕਰਦੀ। ਦੋਨਾਂ ਦੀ ਬਹੁਤ ਜ਼ਿਆਦੀ ਅਣਬਣ ਹੈ ਆਪਸ ਵਿੱਚ, ਤੇ ਬੜਾ ਹੀ ਲੰਬਾ ਸਮਾਂ ਹੋ ਗਿਆ ਸੇਵਾ ਕਰਦਿਆਂ। ਨਾਲ ਅਰਦਾਸਾਂ ਕਰਦੀ ਕਿ ਮੇਰੇ ਘਰ ਵਿੱਚ ਸ਼ਾਂਤੀ ਕਦੋਂ ਆਏਗੀ। ਕਦੀ ਵੀ ਸਿੱਧੇ ਮੂੰਹ ਨਾਲ ਪਤੀ ਗੱਲ ਨਹੀਂ ਕਰਦਾ, ਬੋਲਦਾ ਨਹੀਂ। ਮੈਂ ਆਪਣੀ ਸੇਵਾ ਨਹੀਂ ਛੱਡਦੀ, ਭਾਵੇਂ ਮੈਨੂੰ ਲੱਖ ਕਹੀ ਜਾਵੇ, ਕੁਝ ਕਹੀ ਜਾਵੇ, ਮੈਂ ਤੇਰੇ ਦਰਬਾਰ ਦੀ ਸੇਵਾ ਨਹੀਂ ਛੱਡਦੀ। ਕਈ ਸਾਲ ਲੰਘ ਗਏ, ਘਰ ਵਿੱਚ ਸੁੱਖ ਦਾ ਸ਼ਾਂਤੀ ਦਾ ਨਾਮ ਹੀ ਨਹੀਂ। ਇਹ ਅਲੱਗ ਤੜਫਦੀ ਹੈ, ਉਹ ਅਲੱਗ ਤੜਫਦਾ। ਕਿਸੇ ਗੁਰਮੁਖ ਨਾਲ, ਕਿਸੇ ਸਤਸੰਗੀ ਨਾਲ, ਕੋਈ ਮਹਾਂਪੁਰਖਾਂ ਦੇ ਸੰਗੀਆਂ ਦੇ ਨਾਲ, ਸੇਵਕਾਂ ਨਾਲ, ਜਿਨ੍ਹਾਂ ਨੇ ਖਜ਼ਾਨਾ ਲੁੱਟਿਆ ਹੈ ਆਖੋ ਸੇਵ, ਜਿਨ੍ਹਾਂ ਨੇ ਦਾਤਾਂ ਲਈਆਂ ਨੇ, ਇਹ ਮਿਲਦੀਆਂ ਨੇ ਸਾਧੂ ਦੇ ਦਰਬਾਰ ਤੋਂ, ਮਹਾਂਪੁਰਖ ਦੇ ਦਰਬਾਰ ਤੋਂ। ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਾਜਬ ਮਾਣ ਲਿਹੋ ਮਨ ਮੋੜ, ਰਾਮ ਨਾਮ ਹਿਰਦੇ ਮੇ ਤੋੜ, ਲਾਦ ਖੇਬ ਸੰਤ ਹੈ ਸੰਚਾਰ, ਅਵਰ ਤਿਆਗ ਬਿਖਿਆ ਜੰਜਾਲ, ਧਨ ਧਨ ਕਹੇ ਸਭ ਕੋਏ, ਮੁਖ ਉਜਲ ਹਰ ਦਰਗਹਿ ਸੋਏ, ਇਹੋ ਵਪਾਰ ਵਿਰਲਾ ਵਪਾਰੇ, ਨਾਨਕ ਤਾਂ ਕੇ ਸਦ ਬਲਹਾਰੇ। ਜਦੋਂ ਤੁਸੀਂ ਕੋਈ ਵੀ ਨੇਮ ਬਣਾਓਗੇ ਸੇਵਾ ਦਾ, ਸਿਮਰਨ ਦਾ, ਕੋਈ ਵੀ ਨੇਮ ਕਰੋਗੇ, ਜਿਸ ਦਿਨ ਉਸ ਨੇਮ ਦਾ ਸੇਵਾ ਸਿਮਰਨ ਦਾ ਫਲ ਮਿਲੇਗਾ, ਉਸ ਦਿਨ ਕੋਈ ਕਮਾਈ ਵਾਲੇ ਮਹਾਂਪੁਰਸ਼ ਨਾਲ ਮੇਲ ਹੋਏਗਾ ਆਖੋ ਸ੍ਰੀ ਵਾਹਿਗੁਰੂ। ਉਸ ਦਿਨ ਜਿਸ ਦਿਨ ਮੇਲ ਹੋਈ, ਸੇਵਾ ਦਰਗਾਹ ਵਿੱਚ ਪ੍ਰਵਾਨ ਹੋਈ, ਗੁਰੂ ਨੇ ਸੁਣੀ, ਉਸ ਦਿਨ ਫਿਰ ਬਾਬਾ ਜੀ ਕਹਿੰਦੇ ਸੀ, ਅੰਮ੍ਰਿਤ ਵੇਲੇ ਬੋਲਿਆ ਬੰਬੀਆ, ਤਾਂ ਦਰ ਸੁਣੀ ਪੁਕਾਰ। ਦਰਗਾਹ ਵਿੱਚ ਅਰਦਾਸ ਸੁਣੀ ਗਈ, ਨੇਮ ਕਰਦਾ ਹੈ, ਹਾਜ਼ਰੀ ਭਰਦਾ ਹੈ ਕਿਸੇ ਵੀ ਸਥਾਨ ਤੇ। ਕਹਿੰਦੇ ਜਦੋਂ ਦੀ ਪੁਕਾਰ ਉੱਥੇ ਸੁਣੀ ਜਾਂਦੀ ਹੈ, ਉਸ ਸਮੇਂ ਫਿਰ ਮੇਘੇ ਨੂੰ ਫਰਮਾਨ ਹੋਆ, ਵਰਸੋ ਕਿਰਪਾ ਤਾ। ਫਿਰ ਉਸ ਸਮੇਂ ਜਿਵੇਂ ਬੰਬੀਹਾ ਬੋਲਦਾ ਹੈ, ਪੁਕਾਰਾਂ ਕਰਦਾ ਹੈ, ਤੇ ਉਧਰ ਬੱਦਲਾਂ ਨੂੰ ਹੁਕਮ ਹੋ ਜਾਂਦਾ ਕਿ ਜਾਓ ਜਾ ਕੇ ਉੱਥੇ ਵਰਸੋ, ਇਹਦੀ ਪਿਆਸ ਬੁਝਾਓ। ਇੱਧਰ ਹੁਕਮ ਹੁੰਦਾ ਹੈ ਮਹਾਂਪੁਰਖਾਂ ਨੂੰ, ਸਾਧੂਆਂ ਨੂੰ ਆਖੋ ਸ੍ਰੀ ਵਾਹਿਗੁਰੂ, ਜਿਨ੍ਹਾਂ ਨੂੰ ਨਿਰੰਕਾਰ ਨੇ ਥਾਪਿਆ ਹੈ, ਜਿਨ੍ਹਾਂ ਦੀ ਡਿਊਟੀ ਲਾਈ ਹੈ, ਥੰਮੇ ਕੋਏ ਨਾ ਸਾਧ ਬਿਨ, ਸਾਧ ਨਾ ਦਿਸੇ ਜਗ ਵਿੱਚ ਕੋਆ। ਜੇ ਕੋਈ ਥੰਮ ਬਣੇਗਾ ਤੇ ਮਹਾਂਪੁਰਖ ਹੀ ਬਣੇਗਾ, ਕੋਈ ਬਣ ਨਹੀਂ ਸਕਦਾ। ਅਸੀਂ ਅੱਖੀ ਕੌਤਕ ਦੇਖਿਆ, ਬਹੁਤ ਘੱਲੂਕਾਰੇ ਆਏ, ਦਰਬਾਰ ਸਾਹਿਬ ਤੇ ਹਮਲੇ ਹੋਏ, ਬਹੁਤ ਜਾਨਾਂ ਜਾਣ ਲੱਗੀਆਂ, ਬੜੀ ਬੜੀ ਪੁਲਿਸ ਦਾ ਤਸ਼ੱਦਦ ਹੋਣ ਲੱਗਾ, ਬੜੇ ਬੜੇ ਜੇਲ੍ਹਾਂ ਵਿੱਚ ਸ਼ਹੀਦ ਹੋਣ ਲੱਗੇ। ਪਰ ਇੱਧਰ ਸਮੇਂ ਦੇ ਮਹਾਂਪੁਰਖ ਸੀ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ। ਦੁਨੀਆਂ ਦੇ ਭਾਰ ਆਉਣ ਤੋਂ ਪਹਿਲਾਂ ਬਾਬਾ ਜੀ ਦੇ ਸਰੀਰ ਤੇ ਭਾਰ ਸੀ। ਬਾਬਾ ਕੁੰਦਨ ਸਿੰਘ ਜੀ ਦੇ ਕਾਹਦਾ ਭਾਰ ਸੀ, ਕਾਹਦਾ ਭਾਰ ਸੀ? ਇਹ ਸੀ ਕਿ ਪੰਜਾਬ ਵਿੱਚ ਸੁੱਖ ਸ਼ਾਂਤੀ ਦੇਣੀ, ਸਮੇਂ ਦੇ ਮਹਾਂਪੁਰਖਾਂ ਨੂੰ। ਕਹਿੰਦੇ ਬੜਾ ਕੁਝ ਉਸ ਸਮੇਂ ਹੋਣ ਲੱਗਾ ਜਿਸ ਸਮੇਂ ਮੋਟਰਸਾਈਕਲ ਤੇ ਗੋਲੀਆਂ ਮਾਰ ਕੇ ਇਹ ਪ੍ਰੋਗਰਾਮ ਸ਼ੁਰੂ ਹੋਇਆ ਵੀ ਇਸ ਨੂੰ ਮਾਰ ਦਿਓ, ਇਸ ਨੂੰ ਮਾਰ ਦਿਓ, ਜਾਂ ਕੋਈ ਹਿੰਦੂਆਂ ਸਿੱਖਾਂ ਦੇ ਵਿਵਾਦ ਸ਼ੁਰੂ ਹੋਏ, ਜਾਂ ਦੰਗੇ ਸ਼ੁਰੂ ਹੋਏ,
ਸਭ ਤੋਂ ਪਹਿਲੋਂ ਬਾਬਾ ਕੁੰਦਨ ਸਿੰਘ ਜੀ ਨੇ ਮੋਟਰਸਾਈਕਲ ਵਾਲਿਆਂ ਤੋਂ ਆਪਦੇ ਤੇ ਗੋਲੀ ਚਲਵਾਈ। ਸਭ ਤੋਂ ਪਹਿਲੋਂ ਇੱਕ ਸੇਵਾਦਾਰ ਜਿਹਦੀ ਬਾਂਹ ਦੇ ਵਿੱਚ ਲੱਗੀ। ਬਾਬਾ ਜੀ ਦੀ ਦਸਤਾਰ ਨੂੰ ਉਪਰੋਂ ਚੀਰ ਕੇ ਉਹ ਗੋਲੀ ਨਿਕਲ ਗਈ, ਦੂਸਰੀ ਸੇਵਾਦਾਰ ਦੇ ਲੱਗੀ। ਉਦੋਂ ਕੰਧਾਂ ਨਹੀਂ ਸੀ, ਵਾੜ ਸੀ ਚਾਰੇ ਪਾਸੇ। ਬਸ ਕੀ ਫਿਰ ਸ਼ੁਰੂ ਹੋ ਗਏ ਸਾਰੇ ਕੰਮ। ਲਾਲਾ ਜਗਤ ਨਾਰਾਇਣ ਤੋਂ ਇਹਨਾਂ ਤੋਂ ਸ਼ੁਰੂ ਹੋਇਆ ਕੰਮ, ਜਗਬਾਣੀ ਵਾਲਿਆਂ ਤੋਂ, ਹੋਰ ਥਾਵਾਂ ਤੇ ਫਿਰ ਪੂਰਾ ਹਿੰਦੁਸਤਾਨ ਚ ਖੱਡਰ ਪੈ ਗਿਆ ਪੰਜਾਬ ਦੇ ਵਿੱਚ। ਪਰ ਬੰਦਗੀ ਵਾਲੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀਆਂ 13 ਸੇਵਾ ਕਰ ਰਹੇ ਨੇ, ਦਿਨ ਰਾਤ ਜਿਨ੍ਹਾਂ ਨੇ ਸੌਂਪਿਆ ਹੈ, ਜਿਨ੍ਹਾਂ ਦੀ ਇੱਕ ਨਜ਼ਰ, ਜਿਹੜੇ ਬਾਬਾ ਕੁੰਦਨ ਸਿੰਘ ਜੀ ਦੀ ਇੱਕ ਨਜ਼ਰ ਭਾਈ ਗੁਰਕਵਾਲ ਸਿੰਘ ਬਣਾ ਸਕਦੀ ਹੈ, ਮਾਤਾ ਜੀ ਨੂੰ ਬਲ ਦੇ ਸਕਦੀ ਹੈ। ਇੱਕ 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 ਸਭ ਤੋਂ ਨਿਮਾਣਾ ਬੱਚਾ ਦਾਸ, ਇਹੋ ਜਿਹੇ ਤੇ ਕਮਲਿਆਂ ਨੂੰ ਕਮਲਿਆ ਕਹਿ ਕੇ ਸੇਵਾ ਲੈ ਸਕਦੀ ਹੈ, ਉਹਨੇ ਬਾਬਾ ਕੁੰਦਨ ਸਿੰਘ ਜੀ, ਜਿਨ੍ਹਾਂ ਦੀ ਇੱਕ ਨਜ਼ਰ ਤਾਰ ਦੀ ਮਹਾਂਪੁਰਖ ਦੀ। ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜਿਹੀ ਕਿਆ ਬਖਾਣੀ, ਹਾਂ ਕੇ ਬਲ ਬਲ ਸਦ ਬਲਹਾਰ। ਬਾਬਾ ਜੀ ਦੀ ਬਰਸੀ ਦਾ ਦਿਹਾੜਾ ਆ ਰਿਹਾ ਹੈ, ਸਾਰੇ ਇੱਕ ਵਾਰੀ ਪੜ੍ਹੋ, ਧੰਨ ਧੰਨ ਬਾਬਾ ਕੁੰਦਨ ਸਿੰਘ ਜੀ। ਮੇਰੇ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ। ਨਾਨਕ ਸਰ ਦੇ ਵਿੱਚ ਬੜੀ ਵਿਰੋਧਤਾ ਸੀ ਤੇ ਬਾਬਾ ਮੀਆਂ ਸਿੰਘ ਜੀ ਮਹਾਂਪੁਰਖ ਕਹਿੰਦੇ ਸੀ ਬਾਬਾ ਕੁੰਦਨ ਸਿੰਘ ਜੀ ਧਾਨੇ ਜਿਹੜੇ ਫਣੀਅਰਾਂ ਦੇ ਵਿੱਚ ਰਹਿੰਦੇ ਆ, ਫਣੀਅਰਾਂ ਦੇ, ਕੋਈ ਕੁਝ ਬੋਲਦਾ ਹੈ ਕੋਈ ਕੁਝ, ਪਰ ਉਹਨਾਂ ਦੀ ਆਪਣੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ। ਬੜੀ ਗੱਲ ਸੌਖੀ ਹੈ, ਗੱਲ ਕਰਨੀ ਸੌਖੀ, ਕੋਈ ਵੱਡੇ ਤੋਂ ਵੱਡਾ ਡਿਊਟੀਆਂ ਕਰਨ ਵਾਲਾ ਉਹਦੇ ਵੀ ਵਿਘਣ ਪੈ ਜਾਂਦਾ ਹੈ। ਬਾਬਾ ਜੀ ਦੇ ਭੋਗ ਨੂੰ ਆਉਣ ਚ, ਪ੍ਰਕਾਸ਼ ਕਰਨ ਚ, ਬਿਰਾਜਮਾਨ ਕਰਨ ਚ, ਬਾਬਾ ਈਸ਼ਰ ਸਿੰਘ ਜੀ ਨੇ ਕਿਹਾ ਸੀ ਲੇਟ ਨਹੀਂ ਹੋਣਾ, 10 ਮਿੰਟ ਪਹਿਲੋਂ ਖੜੇ ਹੋਣਾ। ਤੇ ਜਿੰਨੇ ਸਾਲ ਦਾਸ ਦੇਖਦਾ ਰਿਹਾ ਹੈ ਬਾਬਾ ਜੀ ਉੱਥੇ ਖੜੇ, ਫਿਰ ਇਹਦੀ ਪ੍ਰੀਖਿਆ ਕੀ ਹੈ? ਬਾਬਾ ਜੀ ਭੱਜ ਭੱਜ ਕੇ ਜਾ ਕੇ ਗੁਰੂ ਸਾਹਿਬ ਦੀ ਸੇਵਾ ਕਰਕੇ ਆਉਂਦੇ ਜਿੰਨੀ ਵਾਰੀ ਮਰਜ਼ੀ, ਜੇ ਬਾਹਰ ਕਿਤੇ ਜਾਂਦੇ ਆ ਗੱਡੀਆਂ ਭਜਾ ਕੇ ਵਾਪਸ ਉਸ ਟਾਈਮ ਵਾਪਸ ਉੱਥੇ। ਹੁਣ ਬਾਬਾ ਜੀ ਦੇ ਸਰੀਰ ਚ ਥੋੜੀ ਜਿਹੀ ਕਮੀ ਆਈ ਤੇ ਬਾਬਾ ਜੀ ਕੁੜਤਾ ਸੇਵਕ ਦਾ ਝੱਗਾ ਫੜ ਫੜ ਕੇ ਜਾਣ ਲੱਗੇ, ਮੋਢੇ ਤੇ ਹੱਥ ਰੱਖ ਕੇ ਜਾਣ ਲੱਗੇ। ਸੇਵਾਦਾਰ ਇੱਥੇ ਹੱਥ ਪਾ ਮੋਢੇ ਦੇ ਕੇ ਬਾਬਾ ਜੀ, ਬਾਹਾਂ ਦੇ ਕੇ ਬਾਬਾ ਜੀ ਨੂੰ ਲਿਜਾਣ ਲੱਗੇ। ਹੁਣ ਸਰੀਰ ਖੜ ਗਿਆ, ਬਾਬਾ ਜੀ ਨੂੰ ਕੁਰਸੀ ਤੇ ਸੇਵਾਦਾਰ ਰੇੜ ਕੇ ਲੈ ਕੇ ਜਾਂਦੇ ਆ। ਬਾਬਾ ਜੀ ਨੂੰ ਇਸ ਤਰੀਕੇ ਲਿਜਾਂਦਾ ਵੇਖਿਆ, ਸੇਵਾਦਾਰਾਂ ਨੂੰ ਪੈਰ ਨਹੀਂ ਲੱਗਦੇ, ਥੱਲੇ ਬਾਬਾ ਜੀ ਦੇ ਪੈਰ ਘਸੀਟਦੇ ਆਉਂਦੇ ਆ, ਗੁਰੂ ਸਾਹਿਬ ਕੋਲ ਸੇਵਾ ਕਰਦੇ ਆ। ਹੁਕਮਨਾਮੇ ਦੇ ਵਿੱਚ ਆਵਾਜ਼ ਨਹੀਂ ਨਿਕਲ ਰਹੀ, ਹੁਕਮਨਾਮਾ ਫਿਰ ਵੀ ਲੈ ਰਹੇ। ਸੇਵਾ ਕਰਨ ਵਾਸਤੇ ਸਰੀਰ ਵਿੱਚ ਜਾਣ ਦਾ ਬਲ ਨਹੀਂ, ਫਿਰ ਵੀ ਜਾ ਰਹੇ ਨੇ। ਅਰਦਾਸ ਵਿੱਚ ਖੜਨ ਦੀ ਸਮਰੱਥਾ, ਅਸੀਂ ਚੱਕਿਆ ਹੋਇਆ ਸੇਵਾਦਾਰ ਲਮਕਦੇ ਅਰਦਾਸ ਕਰਦੇ, ਹੱਥ ਨਹੀਂ ਜੁੜ ਰਹੇ। ਕਿਸੇ ਨੇ ਕਿਹਾ ਬੇਅਦਬੀ ਕਰਦੇ ਆ ਬਾਬਾ ਕੁੰਦਨ ਸਿੰਘ ਦੇ, ਹੱਥ ਨਹੀਂ ਜੁੜਦੇ ਅਰਦਾਸ ਕਾਹਦੀ? ਮੈਂ ਕਿਹਾ ਭਾਈ ਹੱਥ ਭਾਵੇਂ ਕਿੰਨੇ ਮਰਜ਼ੀ ਜੋੜ ਲਓ, ਜਿਨ੍ਹਾਂ ਦੇ ਰੋਮ ਰੋਮ ਜੁੜਿਆ ਹੋਇਆ, ਜਿਨ੍ਹਾਂ ਦਾ ਹਿਰਦਾ ਜੁੜਿਆ, ਉੱਥੇ ਹੱਥਾਂ ਦਾ ਕੀ ਮਹੱਤਵ ਹੈ? ਇਹਨਾਂ ਦੀ ਅਰਦਾਸ ਜੱਗ ਨੂੰ ਉਠਾਉਂਦੀ। ਪੜੋ ਮੇਰੇ ਧੰਨ ਧੰਨ ਬਾਬਾ ਕੁੰਦਨ ਸਿੰਘ।
मेरे धन धन बाबा कुंदन सिंह जी दे विच चरना दे सुख सारे मेरे धन धन बाबा कुंदन सिंह जी दे विच चरना दे सुख सारे साक्षात बाबा कुंदन सिंह जी महाराज अज कश्मीर विच लड़ाइयां लगियां शांति दा रस्ता नहीं मिल रहा पहलो इधर गरीलिया दी इधर नागालैंड दी इधर जिथे जिथे भी माहौल बिगड़ गए सुधरे नहीं पर पंजाब दा क्यों ठीक होया सब तो खतरनाक माहौल पंजाब दा इत्थे बैठे हुए सी ओ महापुरख जिन्हां ने मक्खन शाह लबाणे दे बेड़े नूं मोढा लाया सी आगे कोई महापुरख तार सकदा कोई महापुरख बेड़ा पार कर सकदा है कोई महापुरख होवे निम्रता दे पुंज गरीबी दे पुंज बाबा कुंदन सिंह जी महाराज बाबा ठाकुर सिंह जी दमदमी टकसाल दे मुखी सेवकां नूं कहिंदे चलो भई बाबा कुंदन सिंह जी दे दर्शन करके जाइए उन्हां दी गुरु ग्रंथ साहिब दी सेवा बहुत वड्डी है कहना सौखा है जिन्हें जदों तो सुरत संभली ते गुरु साहब की सेवा ही की अज तक गुरु ग्रंथ साहब तो बगैर कुछ होर पता ही नहीं होर कोई पासा ही नहीं होर कोई दिसदा नहीं शरीर नहीं चलता फिर भी चलती गुरु ग्रंथ साहब को जाती है हुक्मना में आवाज नहीं निकलती बैठते या संत भजन सुनी नाल आवाज दे रहे ने बाबा जी की आवाज नहीं निकल रही नानक सर पूर्णमासी की अरदास पूरी ते पूरी हो गई है एक भी शब्द नहीं सुनिया किसी ने नानक नाम चढ़दी कला तेरे पाने सरद का पड़ा संगत ने अरदास कर मथा टेकता है ते सारी संगत दे काज रास हो गई एक महापुरख ने अरदास की थी। एक नजर कितों तक तार दी कितों तक बना देती कई बड़े बड़े पुराने बाबा जी दे रागी सन
ਉਹ ਬਾਬਾ ਕੁੰਦਨ ਸਿੰਘ ਜੀ ਨੂੰ ਉਹ ਸਮੇਂ ਸੇਵਾਦਾਰਾਂ ਨਾਲ ਵਿੱਚ ਰਹੇ ਕੁੰਦਨ ਸਿੰਘ ਸਮਝਦੇ ਸੀ ਬੜੇ ਗੁਣਵਾਨ ਸੀ ਪਰ ਉਹ ਵੱਧ ਨਹੀਂ ਸਕੇ ਬਾਬਾ ਜੀ ਵੀ ਕਿਸੇ ਨੇ ਵੀ ਆਣ ਕੇ ਓਟ ਲਈ ਸੰਗਤ ਕੀਤੀ ਸ਼ਰਨ ਆਏ ਤੇ ਬਾਬਾ ਜੀ ਨੇ ਕਹਿੰਦੇ ਇੰਨੇ ਮੈਨੂੰ ਸੁੱਖ ਦਿੱਤੇ ਨੇ ਮੇਰੇ ਮੇਰੀ ਮਾਂ ਮੈਂ ਤੈਨੂੰ ਦੱਸਾਂ ਸਾਈ ਅਲਖ ਪਾਰ ਭੋਰੀ ਮਣ ਵਸੇ ਦੁੱਖ ਦਰਦ ਰੋਗ ਮਾਏ ਮੈਂਡਾ ਹਬ ਨਸੇ ਬਿੰਦ ਕੋ ਗੱਲ ਸੁਣੀ ਸੱਚੇ ਤਿਸ ਧਨੀ ਸੁਖੀ ਹੋ ਸੁਖ ਪਾਏ ਨਾਮ ਆਏ ਕੀਮ ਗਣਿਓ ਮਾਂ ਮੈਂ ਗਿਣੀ ਨਹੀਂ ਸਕਦਾ ਬਾਬਾ ਕੁੰਦਨ ਸਿੰਘ ਜੀ ਵਰਗੇ ਮਹਾਂਪੁਰਸ਼ਾਂ ਦੀਆਂ ਦਾਤਾਂ ਦੇ ਬਖਸ਼ੀਸ਼ਾਂ ਮੈਨੂੰ ਉਹ ਕਿੰਨੀਆਂ ਕੁ ਦੇ ਗਏ ਨੇ ਮੈਥੋਂ ਮਾਂ ਉਹ ਗਿਣੀਆਂ ਨਹੀਂ ਜਾਂਦੀਆਂ ਮੇਰੀ ਥੋੜੀ ਜਿਹੀ ਉਹਨਾਂ ਨੇ ਗੱਲ ਸੁਣੀ ਮੇਰੀ ਬੇਨਤੀ ਸੁਣੀ ਐਸੇ ਮਹਾਂਪੁਰਖ ਨੇ ਤੇ ਮੈਨੂੰ ਇੰਨੇ ਸੁੱਖ ਦੇ ਦਿੱਤੇ ਇੰਨੇ ਵਡਿਆਈਆਂ ਦੇ ਦਿੱਤੀਆਂ ਮੇਰੀ ਇਹ ਮਾਂ ਮੈਂ ਗਿਣ ਨਹੀਂ ਸਕਦਾ ਨਾ ਮਾਏ ਕੀਮ ਗਣੀ ਸਾਈ ਅਲਖ ਅਪਾਰ ਭੋਰੀ ਮਣ ਵਸੇ ਭੋਰਾ ਵੀ ਮਣ ਵਿੱਚ ਉਹ ਸੂਰਤ ਉਹਨਾਂ ਦੀ ਹਿਰਦੇ ਚ ਵਸ ਜਾਵੇ ਮੇਰੀ ਇਹ ਮਾਂ ਮੇਰੇ ਦੁੱਖ ਦਰਦ ਰੋਗ ਭੱਜੇ ਜਾਂਦੇ ਆ ਜਦੋਂ ਉਹਨਾਂ ਦੀ ਸੂਰਤ ਮੇਰੇ ਅੰਦਰ ਆਉਂਦੀ ਆ ਕੁਸੇ ਉਸ ਸਾਧੂ ਦੀ ਸੂਰਤ ਜਦੋਂ ਮੇਰੇ ਹਿਰਦੇ ਚ ਬੈਠਦੀ ਏ ਤੇ ਉਸ ਸਮੇਂ ਮੇਰੇ ਜਿਹੜੇ ਦੁੱਖ ਦਰਦ ਰੋਗ ਨੇ ਮਾਂ ਮੇਰੇ ਭੱਜੇ ਜਾਂਦੇ ਆ ਦੁੱਖ ਦਰਦ ਰੋਗ ਮਾਏ ਮੈਂਡਾ ਹਬ ਨਸੇ ਮਹਾਂਪੁਰਖ ਥੰਮਣ ਵਾਲੇ ਸਾਰਾ ਭਾਰ ਸਾਡੇ ਦੇ ਅਸੀਂ ਦੇਖ ਰਹੇ ਹਾਂ ਬਾਬਾ ਕੁੰਦਨ ਸਿੰਘ ਜੀ ਉੱਪਰ ਉਠਾ ਰਹੇ ਨੇ ਕੋਈ ਮਹਾਂਪੁਰਖ ਸਾਰੇ ਹਿੰਦੁਸਤਾਨ ਦੇ ਵਿੱਚ ਧਰਮ ਲੁੱਟਿਆ ਜਾ ਰਿਹਾ ਹੈ ਮੰਦਰ ਢਹਿੰਦੇ ਜਾ ਰਹੇ ਨੇ ਜੰਜੂ ਉਤਾਰੇ ਜਾ ਰਹੇ ਨੇ ਹੈ ਧਰਮੀ ਰਾਜਾ ਏ ਕੱਟੜ ਰਾਜਾ ਏ ਪਰ ਬੜਾ ਹੀ ਜ਼ੁਲਮ ਕਰ ਰਿਹਾ ਜ਼ਾਲਮ ਬਣਿਆ ਦੂਸਰੇ ਧਰਮ ਲਈ ਮੈਂ ਖਤਮ ਕਰ ਦਿਆ ਸਭ ਅਰਦਾਸਾਂ ਕਰਦੇ ਆ ਦੁਆਵਾਂ ਕਰਦੇ ਆ ਰੋਂਦੇ ਆ ਪੜਤ ਮੰਤਰ ਪੜਦੇ ਆ ਆਪਣੇ ਭਗਵਾਨ ਅੱਗੇ ਅਰਦਾਸਾਂ ਕਰਦੇ ਆ ਕਹਿੰਦੇ ਇੱਕ ਮਹਾਂਪੁਰਖ ਸੀਸ ਦੇ ਦੇਵੇ ਤੇ ਤੁਹਾਡਾ ਹਿੰਦੁਸਤਾਨ ਬਾਜੇਗਾ ਅੱਜ ਮਹਾਂਪੁਰਖ ਦੇ ਸਿਰ ਦੀ ਲੋੜ ਹੈ ਐਸੇ ਰਾਜੇ ਨੂੰ ਖਤਮ ਕਰਨਾ ਉਹਦੀਆਂ ਸ਼ਕਤੀਆਂ ਨੂੰ ਇੰਨੇ ਬਲ ਵਾਲਾ ਰਾਜਾ ਸੀ ਕਿ ਉਹਦੇ ਕੋਲੋਂ ਇੰਨਾ ਬਲ ਸੀ ਅੰਦਰ ਜਿਹੜੀਆਂ ਉਹਨੇ ਸਾਧਨਾ ਭਗਤੀ ਤੇ ਆਪਣੇ ਧਰਮ ਦੇ ਜੋ ਵੀ ਕੀਤੇ ਸੀ ਸਾਧਨਾ ਮੱਕੇ ਨਮਾਜ਼ ਕਰਕੇ ਆਉਂਦਾ ਸੀ ਆਖੋ ਸੀ ਔਰੰਗਜ਼ੇਬ ਬਾਦਸ਼ਾਹ ਮੱਕੇ ਨਮਾਜ਼ ਕਰਕੇ ਆਉਂਦਾ ਸੀ ਇੰਨਾ ਬਲ ਸੀ ਉਹਦੇ ਕੋਲ ਉਹਨੂੰ ਉਹਦੇ ਨਾਲ ਕੋਈ ਮੱਥਾ ਨਹੀਂ ਲਾ ਸਕਦਾ ਸੀ ਇੱਕ ਮਹਾਂਪੁਰਖ ਪੂਰਨ ਮਹਾਂਪੁਰਖ ਜੇ ਸੀਸ ਦੇ ਦੇਵੇ ਤੇ ਤਾਂ ਹਿੰਦੁਸਤਾਨ ਬਚ ਸਕਦਾ ਹੈ ਉਹ ਵੀ ਸਾਰੇ ਸੰਸਾਰ ਵਿੱਚ ਇੱਕ ਹੀ ਹੈ ਦੋ ਨਹੀਂ ਹੈਗੇ ਇਸ ਸਮੇਂ ਉਹ ਮਹਾਂਪੁਰਖ ਇੱਕ ਹੀ ਹੈ ਗੁਰੂ ਤੇਗ ਬਹਾਦਰ ਸਾਹਿਬ ਆਖੋ ਦੋੜੀ ਜੇਕਰ ਉਹ ਸੀਸ ਦੇ ਦੇਣ ਤੇ ਇਹ ਸਾਰਾ ਹਿੰਦੁਸਤਾਨ ਤੇ ਹਿੰਦੂ ਧਰਮ ਇਹ ਸਭ ਕੁਝ ਬਚ ਸਕਦਾ ਨਹੀਂ ਤਾਂ ਮੰਦਿਰ ਖਤਮ ਹੋ ਜਾਣਗੇ ਢਹਿ ਢੇਰੀਆਂ ਸਭ ਸਲਾਮ ਦੇ ਨਾਮ ਦੀਆਂ ਗੂੰਜਾਂ ਪੈਣਗੀਆਂ ਸਾਰੇ ਲੋਕ ਨਮਾਜ਼ ਹੀ ਪੜਨਗੇ ਸਾਰੇ ਬਹੁਤ ਦੇਸ਼ਾਂ ਦੇ ਵਿੱਚ ਇਸ ਸਲਾਮ ਦਾ ਰਾਜ ਹਿੰਦੁਸਤਾਨ ਚ ਵੀ ਹੋ ਚੱਲਿਆ ਸੀ ਜੇਕਰ ਗੁਰੂ ਤੇਗ ਬਹਾਦਰ ਸਾਹਿਬ ਸੀਸ ਨਾ ਦਿੰਦੇ ਤੇ ਗੁਰੂ ਗੋਬਿੰਦ ਸਿੰਘ ਜੀ ਸਰਬੰਸ ਨਾ ਵਾਰਦੇ ਆਖੋ ਸੀ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਸਦਕਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਦਕਾ ਹਿੰਦੁਸਤਾਨ
ਹਿੰਦੁਸਤਾਨ ਵਾਲਿਆਂ ਦੇ ਮਾੜੇ ਭਾਗ ਕਿ ਛੋਟੇ ਛੋਟੇ ਸ਼ਹੀਦਾਂ ਦੀਆਂ ਤਾਂ ਯਾਦਗਾਰਾਂ ਮਨਾਉਂਦੇ ਆ, ਦਿਨ ਮਨਾਉਂਦੇ ਆ ਜਿਨ੍ਹਾਂ ਨੇ ਛੋਟੇ ਛੋਟੇ ਕੰਮ ਕੀਤੇ ਆ, ਪਰ ਜਿਨ੍ਹਾਂ ਨੇ ਹਿੰਦੁਸਤਾਨ ਰੱਖਿਆ ਕਰੀ ਉਹਨਾਂ ਦੀ ਯਾਦ ਮਨਾਉਣੀ ਇਹਨਾਂ ਦੇ ਹਿੱਸੇ ਦੀ ਆਈ ਹਿੰਦੁਸਤਾਨ। ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਾਰੇ ਮੰਨ ਲੈਣ ਹਿੰਦੁਸਤਾਨੀ, ਤੇ ਅੱਜ ਸਾਰਾ ਹਿੰਦੁਸਤਾਨ ਦੇ ਵਿੱਚ ਸ਼ਾਂਤੀ ਤੇ ਬਲ ਤੇ ਭਗਤੀ, ਤੇ ਆਹ ਗਰੀਬੀ ਨਹੀਂ ਆਏਗੀ ਕਿ ਹਿੰਦੁਸਤਾਨ ਦੇ ਸਾਰੀਆਂ ਫੈਕਟਰੀਆਂ ਹੀ ਬੰਦ ਹੋ ਗਈਆਂ, ਹਿੰਦੁਸਤਾਨ ਦੇ ਸਾਰੇ ਧੰਦੇ ਹੀ ਬੰਦ ਹੋ ਗਏ ਆ, ਕਿਸੇ ਨੇ ਨਹੀਂ ਕਰਨੇ ਜਿਹੜੇ ਅਸੀਂ ਜੋ ਅਸੀਂ ਕੰਮ ਕਰ ਰਹੇ ਹਾਂ, ਉਹਨਾਂ ਨੇ ਇਹ ਕੁਝ ਨਹੀਂ ਕਰਨਾ, ਇਹ ਕਰੇਗਾ ਕੋਈ ਮਹਾਂਪੁਰਖ ਆਖੋ ਸ੍ਰੀ ਵਾਹਿਗੁਰੂ, ਇਹ ਨਹੀਂ ਕਰਨੇ। ਵੇਦ ਅਸੀਂ ਪੜ੍ਹਦੇ ਆ ਰਹੇ ਹਾਂ, ਮੂਰਤੀਆਂ ਦੀ ਪੂਜਾ ਅਸੀਂ ਕਰਦੇ ਆ ਰਹੇ ਹਾਂ, ਆਪੋ ਆਪਣੇ ਧਰਮ ਦੇ ਡੰਕੇ ਵਜਾਉਂਦੇ ਆ ਰਹੇ ਹਾਂ, ਪਰ ਕੋਈ ਪਛਾਣੇ। ਬਾਬਾ ਜੀ ਦੇ ਕੋਲ ਇੱਕ ਨਗਰ ਦੇ ਲੋਕ ਆਏ, ਕਹਿੰਦੇ ਜੀ ਅਸੀਂ ਬੜੇ ਦੁਖੀ ਹਾਂ, ਸਾਡੇ ਬਹੁਤ ਪਰੇਸ਼ਾਨੀਆਂ ਨੇ। ਬਾਬਾ ਜੀ ਕਹਿੰਦੇ ਜਿਹਨੇ ਤੁਹਾਡਾ ਨਗਰ ਵਸਾਇਆ ਸੀ ਉਹ ਤਾਂ ਕੁੱਤੀ ਬਣੀ ਹੋਈ, ਉਹ ਤਾਂ ਸਾਡੇ ਕੋਲ ਆਈ ਆ ਬੈਠੀ, ਇਹਨੇ ਤੁਹਾਡਾ ਨਗਰ ਵਸਾਇਆ ਸੀ, ਜਾਓ ਇਸ ਕੁੱਤੀ ਨੂੰ ਲੈ ਜਾਓ, ਇਹਦੀ ਸੇਵਾ ਕਰਿਓ, ਸਾਰੇ ਘਰਾਂ ਦੀਆਂ ਜ਼ਮੀਨਾਂ ਜਾਇਦਾਦਾਂ ਪਰਿਵਾਰ ਸਾਰੇ ਸੁੱਖ ਵਾਪਸ ਆ ਜਾਣਗੇ, ਇਹ ਤੁਹਾਡੀ ਵੱਡੀ ਵਡੇਰੀ। ਤੇ ਜਿਸ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੁਸਤਾਨ ਬਚਾਇਆ, ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਸਾਰਾ ਹਿੰਦੁਸਤਾਨ ਰੱਖਿਆ, ਉਹਨਾਂ ਨੂੰ ਅਸੀਂ ਯਾਦ ਨਹੀਂ ਕਰਦੇ। ਪੜ੍ਹੋ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਦੇ ਵਿੱਚ ਚਰਨਾਂ ਦੇ ਸੁੱਖ ਸਾਰੇ, ਮੇਰੇ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਦੇ ਵਿੱਚ ਚਰਨਾਂ ਦੇ ਸੁੱਖ ਸਾਰੇ। ਮੱਖਰੀ ਲੀਲਾ ਨਿਆਰੀ, ਇੱਕ ਲੈਣੇ ਨੂੰ ਗੁਰੂ ਨਾਨਕ ਦੇਵ ਜੀ ਪੈਰਾਂ ਤੇ ਮੱਥਾ ਟੇਕ ਗਰੀਬੀ ਦੇ ਰੂਪ ਚ ਉਸ ਖੱਤਰੀਆਂ ਦੇ ਪੁੱਤਰ ਲੈਣੇ ਨੂੰ ਬਾਬਾ ਨਾਨਕ ਜੀ ਗਰੀਬੀ ਦੇ ਰੂਪ ਵਿੱਚ ਉਹਦੇ ਪੈਰਾਂ ਤੇ ਮੱਥਾ ਟੇਕ ਕੇ ਪੰਜ ਪੈਸੇ ਨਾਰੀਅਲ ਰੱਖ ਕੇ ਦਰਗਾਹੀ ਜੋਤ ਬਣਾ ਸਕਦੇ ਆ, ਪਰ ਤਰੀਕਾ ਕੀ ਹੈ? ਪੂਜਾ ਕਰਾ ਕੇ ਨਹੀਂ, ਚਰਨਾਂ ਤੇ ਮੱਥਾ ਟਿਕਾ ਕੇ ਨਹੀਂ, ਆਪਦੀਆਂ ਪ੍ਰਕਰਮਾ ਕਰਾ ਕੇ ਨਹੀਂ, ਉਹਦੇ ਪੈਰਾਂ ਤੇ ਗਰੀਬ ਬਣ ਗਏ।
ਬਾਬਾ ਕੁੰਦਨ ਸਿੰਘ ਜੀ ਜਿੱਥੇ ਵੀ ਜੋ ਕੁਝ ਵਰਤਾਉਂਦੇ ਆ ਬਿਲਕੁਲ ਨੀਵੇਂ ਨੀਵੇਂ ਬੈਠ ਕੇ ਨੀਵੇਂ ਬੈਠ ਕੇ ਦਾਤ ਦਿੰਦੇ ਆ ਆਪਣਾ ਆਪ ਛੁਪਾ ਕੇ ਜਿਨ੍ਹਾਂ ਨੂੰ ਵੀ ਕਿਰਪਾ ਕੀਤੀ ਜਿਨ੍ਹਾਂ ਨੂੰ ਵੀ ਕੀਤੀਆਂ ਨੇ ਆਪਣਾ ਜ਼ਾਹਰ ਨਹੀਂ ਹੋਣ ਦਿੱਤਾ ਅਸੀਂ ਜਨਾਉਣੇ ਆ ਪਰ ਉਹ ਜ਼ਾਹਰ ਹੋਣ ਨਹੀਂ ਦਿੰਦੇ ਕਈ ਵਾਰੀ ਬਾਬਾ ਜੀ ਨੇ ਕੋਈ ਕਿਸੇ ਦਾ ਕੰਮ ਕਰਨਾ ਕਹਿਣਾ ਜਾਓ ਬਾਬਾ ਖੇਮ ਸਿੰਘ ਜੀ ਕੋਲ ਚਲੇ ਜਾਓ ਪੁੱਛੋ ਅਰਦਾਸ ਕਰਕੇ ਆਓ ਸੰਤ ਪੰਜਸਣੀ ਆ ਕੇ ਲੱਗੇ ਬਾਬਾ ਜੀ ਉੱਥੇ ਤੁਸੀਂ ਮੈਨੂੰ ਐਵੇਂ ਗੇੜਾ ਕਢਾਇਆ ਕੀਤਾ ਤਾਂ ਤੁਸੀਂ ਸਾਰਾ ਉੱਥੇ ਤਾਂ ਮੇਰਾ ਗੇੜਾ ਕਢਾਇਆ ਤੁਸੀਂ ਕੀਤਾ ਤਾਂ ਤੁਸੀਂ ਕਹਿੰਦੇ ਨੇ ਇਸ ਚੀਜ਼ ਦੇ ਮਾਹਰ ਨੇ ਕਮਾਈਆਂ ਵਾਲੀ ਸਬਰ ਅੰਦਰ ਸਾਬਰੀ ਤਾਨੇ ਵੀ ਜੋਲੇ ਫਰੀਦਾ ਹੋਣ ਨਜ਼ੀਕ ਖੁਦਾਏ ਦੇ ਭੇਤ ਨਾ ਕਿਸੇ ਦੇ ਜਿਹੜੇ ਖੁਦਾ ਦੇ ਨਜ਼ੀਕ ਨੇ ਉਹ ਭੇਤ ਨਹੀਂ ਦੇਣਗੇ ਹੋਰ ਨਜ਼ੀਕ ਖੁਦਾਏ ਦੇ ਭੇਦ ਨਾ ਕਿਸੇ ਦੇਣ ਸਬਰ ਅੰਦਰ ਸਾਬਰੀ ਤਨ ਐਵੇਂ ਜਲੇ ਹੁਣ ਨਜ਼ੀਕ ਖੁਦਾਏ ਦੇ ਭੇਦ ਨਾ ਕਿਸੇ ਦੇਣ ਕਮਾਈ ਵਾਲੇ ਮਹਾਂਪੁਰਖ ਸਾਗਲਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਡ ਸਾਰੀ ਸ੍ਰਿਸ਼ਟੀ ਦੇ ਰਾਜੇ ਨੇ ਮੇਰੇ ਪਿਤਾ ਜੀ ਤੇ ਤਿੰਨ ਚਾਰ ਹੋਰ ਉੱਥੋਂ ਦੇ ਮੁਖੀਏ ਪਿੰਡਾਂ ਦੇ ਸਰਪੰਚ ਇਹ ਪਹਿਲੇ ਸਮੇਂ ਦੀ ਗੱਲ ਹੈ ਜਦੋਂ ਮੈਂ ਬਾਬਾ ਜੀ ਕੋਲ ਆਇਆ ਸੀ ਬਾਬਾ ਜੀ ਕਹਿੰਦੇ ਤੁਹਾਨੂੰ ਇਹ ਸੀ ਮਾਘ ਦਾ ਮਹੀਨਾ ਸੀ ਜਾਣ ਨਹੀਂ ਦੇਣਾ ਮਾਘ ਦਾ ਮਹੀਨਾ ਤੁਸੀਂ ਇੱਥੇ ਹੀ ਰਹਿਣਾ ਬਾਬਾ ਜੀ ਸੱਤ ਵਜੇ ਸਵਾਹ ਹੁੰਦੇ ਕੀ ਲੋਕਾਂ ਦੇ ਮਹਾਂਪੁਰਖਾਂ ਦੇ ਅੱਗੇ ਬੜੀ ਛੇਤੀ ਕਹਿ ਦੇਣਗੇ ਪਰ ਨਿਭਣਾ ਔਖਾ ਹੁੰਦਾ ਦੁਨੀਆ 'ਚ ਇੱਧਰ ਉੱਧਰ ਫਿਰਨ ਵਾਲੇ ਖਾਣ ਪੀਣ ਵਾਲੇ ਖਾਣ ਪੀਣ ਦੇ ਸ਼ੌਕੀਨ ਪਾਰਟੀ ਬਾਜ ਦੇ ਸਰਕਾਰੀ ਦਰਬਾਰੇ ਸਿਆਸੀ ਲੀਡਰਾਂ ਕੋਲ ਜਾਣ ਦੇ ਸ਼ੌਕ ਰੱਖਣ ਵਾਲੇ ਥਾਣਿਆਂ ਕਚਹਿਰੀਆਂ 'ਚ ਜਿਹੜੇ ਇਹੋ ਜਿਹੇ ਲੋਕ ਹੁੰਦੇ ਆ ਉਹਨਾਂ ਨੂੰ ਸਵਾਦ ਆਉਂਦਾ ਹੈ ਪਰ ਆ ਗਏ ਮਹਾਂਪੁਰਖਾਂ ਕੋਲ ਕੋਈ ਪੂਰਵਲਾ ਕਰਮ ਜਾਗਿਆ ਖੁਸ਼ੀ ਬਾਬੇ ਨੇ ਖਿੱਚ ਪਾਈ ਸਾਰੀ ਦੇ ਸਾਰੀ ਪਾਰਟੀ ਦੇ ਜਿੰਨੇ ਸੀ ਬਾਬਾ ਜੀ ਕੋਲ ਆਉਣ ਲੱਗ ਪਏ ਤਿੰਨ ਚਾਰ ਜਣਿਆਂ ਨੂੰ ਬਾਬਾ ਜੀ ਨੇ ਕਿਹਾ ਵੀ ਤੁਸੀਂ ਨਹੀਂ ਜਾਣਾ ਮਾਘ ਦਾ ਮਹੀਨਾ ਤਿੰਨ ਚਾਰ ਦਿਨ ਠਹਿਰ ਕੇ ਇਹਨਾਂ ਨੂੰ ਖੋਜ ਹੀ ਪੈਣ ਲੱਗੀ ਚੱਲੀਏ ਕੋਈ ਬਹਾਨਾ ਬਣਾਈਏ ਮੇਰੇ ਪਿਤਾ ਜੀ ਬੰਦੂਕ ਬਣਾਉਣ ਵਾਸਤੇ ਦੇ ਕੇ ਆਏ ਸੀ ਮੋਗੇ ਵਿੱਚ ਬੰਦੂਕ ਦਾ ਕੰਮ ਹੋਣ ਵਾਲਾ ਸੀ ਕੋਈ ਮਿਸਤਰੀ ਨੂੰ ਦਿੱਤੀ ਦੂਸਰੇ ਦਾ ਜ਼ਮੀਨ ਦਾ ਕੰਮ ਸੀ
ਕਿ ਸ਼ਰੀਕ ਜ਼ਮੀਨ ਸੰਭਾਲ ਲੈਣਗੇ ਜੇ ਮੈਂ ਉਹਦੇ ਜੈਕ ਦੀ ਫਸਲ ਨਾ ਬੀਜੀ, ਜੇ ਮੈਂ ਕਣਕ ਨਾ ਬੀਜੀ ਹੁਣ ਤੇ ਮੇਰੇ ਸ਼ਰੀਕ ਉਹ ਜ਼ਮੀਨ ਤੇ ਕਬਜ਼ਾ ਕਰ ਜਾਣਗੇ। ਥੋੜਾ ਰੋਲਾ ਸੀ ਭੈਣ ਦੇ ਨਾਲ, ਭੈਣ ਭਰਾ ਉਹਨੂੰ ਸੀ ਮੈਂ ਜ਼ਮੀਨ ਤੇ ਜਾ ਕੇ ਹੜ ਵਾਹਾਂ ਤੇ ਕਬਜ਼ਾ ਕਰ, ਮੇਰੇ ਕੋਲ ਦੂਜੇ ਸੰਭਾਲਣਾ ਜਾਣ। ਬਾਬਾ ਜੀ ਨੇ ਕਿਹਾ ਭਾਈ ਤੁਸੀਂ ਨਹੀਂ ਜਾਣਾ, ਕਹਿੰਦੇ ਬਾਬਾ ਜੀ ਸਾਨੂੰ ਜ਼ਰੂਰ ਆਗਿਆ ਦਿਓ। ਬਾਬਾ ਜੀ ਕਹਿੰਦੇ ਤੁਹਾਨੂੰ ਇੱਕ ਮਹੀਨਾ ਨਹੀਂ ਆਗਿਆ। ਫਿਰ ਕਿਸੇ ਨੂੰ ਨੰਬਰਦਾਰ ਸੀ ਉਹਨੂੰ ਨਾਲ ਲੈ ਕੇ ਆ ਗਿਆ ਜੀ ਜ਼ਰੂਰੀ ਹੈ। ਬਾਬਾ ਜੀ ਕਹਿੰਦੇ ਨਹੀਂ ਆਗਿਆ। ਤੀਸਰੀ ਵਾਰੀ ਹੋਰ ਸਿਫਾਰਿਸ਼ ਪਾ ਕੇ ਬਾਬਾ ਜੀ ਨੂੰ ਕਹਿਣ ਲੱਗੇ ਜੀ ਇਹਨਾਂ ਦਾ ਜ਼ਰੂਰੀ ਕੰਮ ਹੈ। ਬਾਬਾ ਜੀ ਕਹਿੰਦੇ ਫਿਰ ਇੱਕ ਦਿਨ ਦੀ ਆ ਗਿਆ, ਅੱਜ ਚਲੇ ਜਾਣ ਤੇ ਕੱਲ ਸ਼ਾਮ ਨੂੰ ਸਾਡੇ ਕੋਲ ਵਾਪਸ ਆਓ। ਤਿੰਨ ਜਣੇ ਸੀ, ਇੱਕ ਨੇ ਕਿਹਾ ਬਾਬਾ ਜੀ ਮੈਂ ਨਹੀਂ ਜਾਂਦਾ ਤੁਹਾਡਾ ਹੁਕਮ ਸਾਧੇ, ਦੋਵਾਂ ਨੇ ਕਿਹਾ ਬਾਬਾ ਜੀ ਅਸੀਂ ਜ਼ਰੂਰੀ ਜਾਣਾ। ਬਾਬਾ ਜੀ ਕਹਿੰਦੇ ਸ਼ਾਮ ਤਾਈਂ ਵਾਪਸ ਆਉਣਾ ਜੇ, ਫਿਰ ਤੁਹਾਡੀ ਸਾਡੀ ਜ਼ਿੰਮੇਵਾਰੀ ਨਹੀਂ ਉਸ ਤੋਂ ਅੱਗੇ। ਇਹਨਾਂ ਨੇ ਬੰਦੂਕ ਬਣਾਉਣੀ ਦਿੱਤੀ ਸੀ, ਜਾ ਕੇ ਲਈ ਮੋਗੇ ਤੋਂ, ਆਪਣੇ ਨਗਰ ਚਲੇ ਗਏ, ਰਾਤ ਰਹੇ, ਦੂਜੇ ਦਿਨ ਆਉਣਾ ਸੀ ਵਾਪਸ। ਪਹਿਲਾਂ ਜਾਂਦਿਆਂ ਹੀ ਰਾਏ ਕਰ ਲਈ ਕਿ ਬਾਬਾ ਜੀ ਨੇ ਫਿਰ ਨਹੀਂ ਮਹੀਨਾ ਆਉਣ ਦੇਣਾ, ਹੁਣ ਦੋ ਤਿੰਨ ਚਾਰ ਦਿਨ ਕੰਮ ਆਪਦਾ ਕਰਕੇ ਜਾਵਾਂਗੇ। ਕੋਈ ਸਮਤ ਦੇਣ ਵਾਲਾ ਵੀ ਨਾ ਕਰੋ, ਮਹਾਂਪੁਰਖਾਂ ਦੀ ਆਗਿਆ ਨਹੀਂ, ਨਾ ਕਰੋ। ਪਰ ਕਹਿੰਦੇ ਆਪਦਾ ਉਹ ਕਹਿੰਦਾ ਮੈਂ ਜ਼ਮੀਨ ਦਾ ਕੰਮ ਕੱਢ ਕੇ ਜਾਵਾਂਗਾ, ਦੋ ਤਿੰਨ ਦਿਨ ਲਾਵਾਂਗੇ ਆਪਾਂ, ਬਾਬਾ ਜੀ ਨੇ ਫਿਰ ਮਹੀਨਾ ਆਉਣ ਨਹੀਂ ਦੇਣਾ। ਕਹਿੰਦੇ ਬਾਬਾ ਜੀ ਨੇ ਕਿਹਾ ਅਸੀਂ ਸ਼ਾਮ ਤਾਈਂ ਆਓ, ਕੋਈ ਨਹੀਂ, ਮਹਾਂਪੁਰਖ ਕਹਿੰਦੇ ਨੇ ਆਪਣੇ ਕੰਮ ਵੀ ਕਰਨੇ ਆ। ਇਹ ਸ਼ਾਮ ਨੂੰ ਵਾਪਸ ਨਹੀਂ ਮੁੜੇ, ਪਹਿਲੇ ਦਿਨ ਗਏ, ਸ਼ਾਮ ਨੂੰ ਘਰੇ ਪਹੁੰਚੇ, ਦੂਜੇ ਦਿਨ ਆਉਣਾ ਸੀ ਨਹੀਂ ਆਏ। ਉਹਨੇ ਆਪਣੀ ਜ਼ਮੀਨ ਦੀ ਵਿਉਂਤ ਬਣਾਈ, ਇਹਨਾਂ ਨੇ ਆਪਦੀ ਬਣਾਈ। ਤੀਸਰੇ ਦਿਨ ਮੇਰੇ ਪਿਤਾ ਜੀ ਬੰਦੂਕ ਕਹਿੰਦੇ ਲਿਆਓ ਵੀ ਬਣਾ ਕੇ ਲਿਆਂਦੀ ਸੀ, ਚਲਾ ਕੇ ਵੇਖ ਲਈ। ਇੱਕ ਭਰਾ ਸਾਡਾ ਫੌਜੀ ਸੀ, ਇੱਕ ਵੱਡਾ ਭਰਾ ਸੀ, ਉਹ ਵੀ ਅਸਲਾ ਉਸਲਾ ਚਲਾਉਣ ਦਾ ਮਾਹਰ ਸੀ। ਉਹਨੇ ਚਲਾਈ, ਫਿਰ ਫੌਜੀ ਨੇ ਚਲਾਈ, ਉਹ ਰੌਂਦ ਜਿਹੜਾ ਵਿੱਚ ਪਾਇਆ ਸੀ ਚੱਲਿਆ ਨਾ, ਤੇ ਮੇਰੇ ਪਿਤਾ ਜੀ ਕਹਿੰਦੇ ਮੈਂ ਚਲਾਵਾਂ। ਇਹ ਵੀ ਨਿਸ਼ਾਨੇਬਾਜ਼ ਦੇ ਖੇਡਦੇ ਨੇ, ਸ਼ਿਕਾਰ ਵਗੈਰਾ ਖੇਡਦੇ ਸੀ, ਉੱਧਰ ਨਦੀਆਂ ਦਾ ਦਰਿਆ ਦਾ ਮੰਡ ਦਾ ਇਲਾਕਾ ਸੀ। ਇਹਨਾਂ ਨੇ ਜਦੋਂ ਬੰਦੂਕ ਚਲਾਈ ਤੇ ਉਹ ਬੰਦੂਕ ਦੀ ਸਾਰੀ ਨਾਲੀ ਫੜ ਗਈ, ਫੜ ਕੇ ਆਹ ਥਾਂ ਉੱਡ ਗਿਆ ਦੂਜਿਆਂ ਦੇ। ਬਹਿ ਜਾਓ ਭਾਈ ਟੇਕ ਕੇ ਬਹਿ ਜਾ ਕਰੋ, ਬਹੁਤਾ ਇੱਧਰ ਭਾਈ ਨਾ ਕਰਿਆ ਕਰੋ। ਇਹਨਾਂ ਨੇ ਬੰਦੂਕ ਚਲਾਈ ਤੇ ਕੰਕਰ ਕਈਆਂ ਦੇ ਵੱਜੇ ਜਿਹੜੇ ਬੈਠੇ ਸੀ, ਇਹਨਾਂ ਦੀ ਆਹ ਸਾਰੀ ਥਾਂ ਵਿਚੋੜ ਗਈ। ਉਦੋਂ ਹੀ ਉੱਤੇ ਕੱਪੜੇ ਕੁੱਪੜੇ ਜਿਹੜੇ ਸੀ ਬੰਨੇ, ਸਾਰੀ ਬਾਣ ਨੂੰ ਉਵੇਂ ਬੰਨ ਕੇ ਹਸਪਤਾਲ 'ਚ ਲੈ ਗਏ ਨੇੜੇ ਹੀ ਮੋਗੇ, ਮੋਗਿਆਂ ਨੇ ਜਵਾਬ ਦਿੱਤਾ ਅੰਮ੍ਰਿਤਸਰ ਲੈ ਗਏ। ਦੂਸਰਾ ਜਿਹੜਾ ਸੀ ਹਰਨਾਮ ਸਿੰਘ, ਉਹਨੇ ਆਪਣੇ ਖੇਤ ਵਿੱਚ ਜਾ ਕੇ ਹਲ ਵਾਹੁਣੇ ਸ਼ੁਰੂ ਕਰਤੇ। ਤਾਕਤ ਵਾਲਾ ਬੰਦਾ ਸੀ ਵੀ ਕਿਹੜਾ ਇੱਥੇ ਆਏਗਾ, ਉਹ ਹਲ ਵਾਹ ਰਿਹਾ। ਉਹਦੀ ਭੈਣ ਨੇ ਆਪਦੇ ਦੂਜੇ ਚਾਚੇ ਤਾਇਆਂ ਦੇ ਪੁੱਤਰਾਂ ਭਰਾਵਾਂ ਨਾਲ ਸਲਾਹ ਕੀਤੀ ਕਿ ਇਹਨੂੰ ਤਾਂ ਮਾਰਨਾ ਹੀ ਪੈਣਾ, ਇਹਨੂੰ ਜਾਨੋ ਹੀ ਮਾਰ ਦਿਓ, ਇਹਨੇ ਜ਼ਮੀਨ 'ਚ ਹਲ ਵਾਹ ਰਿਹਾ। ਉਹਨਾਂ ਨੇ ਕਹਿਣ ਲੱਗੇ ਵੀ ਬੰਦੇ ਵਿੱਚੋਂ ਮੁੱਕਰ ਜਾਂਦੇ, ਪਹਿਲਾਂ ਗੁਰਦੁਆਰੇ ਸਹੁੰ ਖਾਓ। ਗੁਰਦੁਆਰੇ ਜਾ ਕੇ ਕਸਮ ਖਾਧੀ ਵੀ ਅੱਜ ਇਹਨੂੰ ਮਾਰ ਕੇ ਹੀ ਛੱਡਣਾ, ਅੱਜ ਇਹਨੂੰ ਮੁੜਨਾ ਨਹੀਂ, ਇਹਨੂੰ ਖਤਮ ਕਰਕੇ ਆਵਾਂਗੇ। ਉਹਦੀ ਲੜਕੀ ਨੂੰ ਪਤਾ ਲੱਗਿਆ ਹਰਨਾਮ ਸਿੰਘ ਜੀ ਨੂੰ ਵੀ ਆਹ ਗੱਲ ਹੋਈ, ਸੂ ਮਿਲ ਜਾਂਦੀ ਪਿੰਡ 'ਚ। ਉਹ ਭੱਜੀ ਗਈ ਜਾ ਕੇ, ਕਹਿੰਦੇ ਬਾਪੂ ਤੈਨੂੰ ਮਾਰਨ ਵਾਸਤੇ ਬੰਦੇ ਆ ਰਹੇ ਨੇ, ਗੁਰਦੁਆਰੇ ਵੜ ਕੇ ਉਹਨਾਂ ਨੇ ਸਹੁੰ ਖਾਧੀ ਵੀ ਛੱਡਣਾ ਨਹੀਂ। ਉਹ
ਆਪਦੇ ਡਾਂਗਾ ਛੋਟੇ ਅਸਲਾ ਲੈ ਕੇ ਆ ਰਹੇ ਨੇ। ਉਦੋਂ ਉਦੋਂ ਨੂੰ ਬੰਦੇ ਵੀ ਨਿਕਲ ਆਏ ਪਿੰਡ ਦੇ। ਇਹ ਆਪਣੀ ਲੜਕੀ ਨੂੰ ਕਹਿ ਲੱਗਾ ਤੂੰ ਭੱਜ ਜਾ, ਤੇ ਆਪਦਾ ਚਾਦਰਾ ਬੰਨਿਆ ਸੀ, ਉਹ ਚਾਦਰਾ ਖੋਲ ਲਿਆ ਪਰ ਸਿਰ ਤੇ ਵੀ ਸੱਟ ਨਾ ਲੱਗੇ ਤੇ ਸਾਫਾ ਲਾ ਦਾ। ਉਹ ਲੜਕੀ ਕਹਿੰਦੀ ਬਾਪੂ ਇਹਨੂੰ ਨਾ ਲਾ, ਆ ਸਾਫਾ ਨਾ ਲਾ, ਇਹ ਤੈਨੂੰ ਬਾਬਾ ਹੀ ਨੇ ਦਿੱਤਾ ਸੀ। ਬਾਬਾ ਹੀ ਨੇ ਪੁੱਛਿਆ ਵੀ ਤੇਰਾ ਹਰਨਾਮ ਸਿੰਘ ਤੇਰਾ ਪਿੰਡ ਕਿਹੜਾ ਹੈ? ਕਹਿੰਦੇ ਜੀ ਮੇਰਾ ਪਿੰਡ ਭਾਈ ਫੇਰੂ ਪਾਕਿਸਤਾਨ ਚ। ਬਾਬਾ ਜੀ ਕਹਿੰਦੇ ਭਾਈ ਫੇਰੂ ਤਾਂ ਮੇਰੇ ਮਾਮੇ ਸੀ, ਨਾਨਕੇ ਸੀ, ਤੂੰ ਮੇਰਾ ਮਾਮਾ ਲੱਗਦਾ। ਤੇ ਇੱਕ ਸਰੋਪਾ 2 ਮੀਟਰ ਦਾ ਗਲ ਚ ਪਾ ਕੇ ਕਹਿੰਦੇ ਤੂੰ ਮੇਰਾ ਮਾਮਾ ਹੀ, ਆ ਸਰੋਪਾ ਲੈ ਲੈ। ਉਹ ਸਰੋਪਾ ਉਹਨੇ ਸਿਰ ਤੇ ਬੰਨਿਆ ਸੀ ਬਾਬਾ ਜੀ ਦਾ, ਤੇ ਬੰਨ ਕੇ ਵੀ ਲੈ ਕੇ ਗਿਆ ਸੀ ਵੀ ਹਾਲ ਵਾਹੁਣਾ ਬਾਬਾ ਜੀ ਸਿਰ ਤੇ ਰਹਿਣ। ਇਹ ਬਾਬਾ ਜੀ ਨੇ ਸਰੋਪਾ ਦਿੱਤਾ। ਹੁਣ ਉਹ ਸਰੋਪਾ ਲਾਉਣ ਲੱਗਾ ਵੀ ਸਿਰ ਤੇ ਸੱਟ ਲੱਗ ਜਾਏਗੀ ਜਦੋਂ ਲੜਾਈ ਕਰਾਂਗਾ, ਤੇ ਚਾਦਰਾ ਬੰਨ ਲਾ ਸਿਰ ਨੂੰ ਸੇਫ ਕਰ ਲਾ। ਨਾਲ 2 ਕਿੱਲਿਆਂ ਦੇ ਉੱਥੋਂ ਦੇ ਇੱਕ ਸ਼ੀਂਬਾ ਬਰਾਦਰੀ ਦੇ ਸੰਗੀ ਨੇ ਨਾਨਕ ਸਾਹਿਬ ਦੇ, ਉਹ ਥੋੜ੍ਹੀ ਦੂਰ ਉਹ ਹਲਵਾ ਰਹੇ ਨੇ। ਉਦੋਂ ਬੈਲਾਂ ਨਾਲ ਹਲਵਾਈ ਰਹੀ ਸੀ, ਟਰੈਕਟਰ ਨਹੀਂ ਹਿੱਲਦਾ, ਅਜੇ ਕੰਮ ਨਹੀਂ ਆਇਆ ਸੀ ਪਿੰਡਾਂ 'ਚ। ਬੈਲਾਂ ਦੇ ਨਾਲ ਬਲਦਾਂ ਦੇ ਨਾਲ ਵਾਹੀ ਕਰ ਰਿਹਾ ਸੀ, ਹਲਵਾ ਰਿਹਾ ਸੀ। ਹੱਥ ਵਿੱਚ ਸੋਟੀ ਜਿਹੜੀ ਬਲਦਾਂ ਵਾਲੀ ਉਹ ਹੋਈ, ਸਿਰ ਤੇ ਸਾਫਾ ਹੈ। ਕੁੜੀ ਨੇ ਰੋਗ ਤਾਂ ਨਾ ਲਾਈ, ਉਹਨੇ ਨਹੀਂ ਲਾਇਆ। ਇੱਧਰੋਂ ਇਹ ਬੰਦੇ ਆ ਗਏ ਪਿੰਡੋ ਚੱਲ ਪਏ, ਉਧਰੋਂ ਉਹ ਆਦਮੀ ਦੇਖ ਰਿਹਾ ਕਿ ਅੱਜ ਇਹਨੂੰ ਹਰਨਾਮ ਸਿੰਘ ਨੂੰ ਛੱਡ ਦੇਣੀ ਇਕੱਲਾ, ਉਹ ਜ਼ਿਆਦੇ ਜਣੇ ਤੇ 100 ਵੀ ਖਾਧੀਏ ਕਿ ਜਾਨੋ ਮਾਰਨਾ ਭਾਵੇਂ ਕੇਸ ਪੈ ਜਾਏ, ਸਾਡੀ ਜ਼ਮੀਨ ਜਾਂਦੀ। ਬਾਬਾ ਕੁੰਦਨ ਸਿੰਘ ਜੀ ਮਹਾਰਾਜ ਦਾ ਦਿੱਤਾ ਹੋਇਆ 2 ਮੀਟਰ ਦਾ ਕੱਪੜਾ ਸਿਰ ਤੇ ਆ, ਸਮਝੋ ਸਿਰ ਤੇ ਖਸਮ ਖੜਾ ਆ ਖੁਸ਼ੀ। ਅਣਕ ਵਿਘਨ ਤੇ ਸਾਧੂ ਰਾਖੇ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ। ਅਨੇਕਾਂ ਵਿਘਨਾਂ ਤੇ ਸਾਧੂ ਅੱਜ ਬੁੱਲੇ ਸ਼ਾਹ ਕਹਿੰਦਾ ਮੈਂ ਸੱਚੀ ਕਰਦਾ ਤੇ ਮੈਂ ਮਰਦਾ, ਜੇ ਮੈਂ ਸੱਚੀ ਗੱਲ ਕਹਿੰਦਾ ਤੇ ਅੱਜ ਮੈਂ ਮਰਦਾ, ਮੈਨੂੰ ਮੇਰੇ ਤੇ ਫਤਵੇ ਲੱਗਣਗੇ, ਮੈਂ ਸੱਚੀ ਗੱਲ ਕਰ ਨਹੀਂ ਸਕਦਾ। ਇਹੋ ਜਿਹੇ ਧਰਮ ਦੇ ਲੋਕਾਂ ਨੇ ਸਿਲਸਿਲੇ ਬਣਾਏ ਨੇ ਜੋ ਗੁਰੂ ਸਾਹਿਬ ਕਹਿ ਰਹੇ ਨੇ ਉਸ ਤੋਂ ਉਲਟੇ। ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ, ਇੱਕ ਜਿਹੀ ਕਿਆ ਬਖਾਨੇ ਉਸ ਭਗਤ ਦੇ ਮਹਾਂਪੁਰਖ ਦੀ, ਮੇਰੀ ਇੱਕ ਜੀਵਾ ਕੀ ਉਸਤਤ ਕਰ ਸਕਦੀ। ਹਾਂ ਕਿ ਬਲ ਬਲ ਸਦ ਬਲਹਾਰ, ਇਹਨਾਂ ਸਾਧੂਆਂ ਤੋਂ ਇਹਨਾਂ ਮਹਾਂਪੁਰਸ਼ਾਂ ਤੋਂ ਜਿਨ੍ਹਾਂ ਨੇ ਸ਼ਹੀਦੀਆਂ ਇੱਕਦਮ ਆਣ ਕੇ ਦੇ ਦਿੱਤੀਆਂ ਗੁਰੂ ਅੱਗੇ, ਕੁਰਬਾਨ ਹੋ ਗਏ, ਉਹ ਵੀ ਸ਼ਹੀਦ ਨੇ। ਪਰ ਉਸ ਤੋਂ ਉੱਚੇ ਉਹ ਸ਼ਹੀਦ ਨੇ ਜਿਹੜੇ ਜੀਵਨ ਭਰ ਮਰ ਮਰ ਕੇ, ਮਰ ਮਰ ਕੇ, ਰੋਜ਼ ਮਰ ਮਰ ਕੇ ਸੇਵਾ ਕਮਾਉਂਦੇ ਨੇ, ਉਹ ਗੁਰੂ ਸਾਹਿਬ ਕਹਿੰਦੇ ਵੱਡੇ ਸ਼ਹੀਦ। ਸਹੀ ਪੂਰੇ ਸ਼ਾਹ ਵਕਤੇ ਉੱਪਰ ਲੜ ਪੂਏ, ਰੋਜ਼ ਵਕਤ ਨਾਲ ਲੜਦੇ ਆ, ਮੇਰਾ ਸੇਵਾ ਦਾ ਵਕਤੇ, ਮੇਰਾ ਨਪ ਬਾਣੀ ਪੜਨ ਦਾ ਵਕਤੇ, ਮੇਰਾ ਸਿਮਰਨ ਕਰਨ ਦਾ ਵਕਤੇ, ਰੋਜ਼ ਲੜਦੇ ਮਰਦੇ। ਇੱਥੇ ਸ਼ਾਹ ਦਾ ਅਰਥ ਹੈ ਸ਼ਹੀਦ। ਸਵਾਹੀ ਸਲਾਹਾ ਜਿਨੀ ਧਿਆਇਆ, ਸਭ ਤੋਂ ਵੱਡੇ ਸ਼ਹੀਦ ਕੌਣ ਏ? ਸਭ ਤੋਂ ਵੱਡੇ ਸ਼ਹੀਦ ਕੌਣ ਏ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਸ਼ਹੀਦਾਂ ਦੇ ਸਰਤਾਜ। ਕਹਿੰਦੇ ਮੈਂ ਰੋਮ ਰੋਮ ਸਭ ਕੋਈ ਕੁਰਬਾਨ ਕਰਾਂ। ਗੁਰੂ ਤੇਗ ਬਹਾਦਰ ਸਾਹਿਬ ਜੀ ਸਾਰੀ ਉਮਰ ਮਰ ਮਰ ਕੇ, ਮਰ ਮਰ ਕੇ ਅਖੀਰਲੇ ਸਮੇਂ ਟਿੱਕਰ ਫੋਰ ਦਲੀਸ ਭਾਂਡਾ ਭੰਨੇ।
ਜਿਨ੍ਹਾਂ ਸਾਧੂਆਂ ਨੇ ਮਹਾਂਪੁਰਖਾਂ ਨੇ ਕਮਾਈਆਂ ਕੀਤੀਆਂ ਰੋਜ਼ ਹੀ ਸ਼ਹੀਦੀਆਂ ਉਹਨਾਂ ਦੀਆਂ ਰੋਜ਼ ਹੀ ਜਿਨ੍ਹਾਂ ਨੂੰ ਖਿੱਚ ਕੇ ਲੈ ਕੇ ਜਾ ਰਹੇ ਜਿਨ੍ਹਾਂ ਨੂੰ ਚੱਕ ਕੇ ਲੈ ਕੇ ਜਾ ਰਹੇ ਨੇ ਜਿਨ੍ਹਾਂ ਦੀ ਆਵਾਜ਼ ਨਹੀਂ ਨਿਕਲਦੀ ਹੁਕਮਨਾਮਾ ਲੈ ਰਹੇ ਨੇ ਜਿਨ੍ਹਾਂ ਤੋਂ ਅਰਦਾਸ ਖੜਿਆ ਨਹੀਂ ਜਾਂਦਾ ਉਹ ਅਰਦਾਸ ਕਰ ਰਹੇ ਨੇ ਕਿੰਨੇ ਸੇਵਕ ਸੀ ਬਾਬਾ ਜੀ ਕੋਲ ਜਿਹਨੂੰ ਮਰਜ਼ੀ ਇਸ਼ਾਰਾ ਕਰ ਦੇ ਤੂੰ ਕਰ ਤੂੰ ਕਰ ਭਾਈ ਅਰਦਾਸ ਤੂੰ ਭੋਗ ਲਵਾ ਪਰ ਜਿਨ੍ਹਾਂ ਨੇ ਰੋਮ ਰੋਮ ਕੁਰਬਾਨ ਕੀਤਾ ਇਹਨਾਂ ਵਰਗਾ ਕਿਤੇ ਡਰਦਾ ਨਹੀਂ ਇਹੋ ਜਿਹੇ ਫੱਕਰਾਂ ਨੂੰ ਮੱਥਾ ਹੀ ਟੇਕਣਾ ਸੋਭਾ ਏ ਫੇ ਫੱਕਰ ਕੋ ਕਰਨਾ ਉਦੇਸ਼ ਚਾਹੀਏ ਹਾਲੋ ਹੀ ਹਾਲ ਬੇਹਾਲ ਹੋਵੇ ਉਤਨਾ ਕਿਸੇ ਦੇ ਪਾਸ ਨਾ ਮਾਲ ਭਰਿਆ ਜਿਤਨਾ ਫੱਕਰ ਦੇ ਪਾਸ ਮਾਲ ਹੋਵੇ ਗੈਰ ਨਜ਼ਰ ਦੇ ਨਾਲ ਨਾ ਮੂਲ ਤਕੀ ਮਤਾ ਉਸਦਾ ਹਿਰਦਾ ਕਮਾਲ ਹੋਵੇ ਸੰਤ ਰੇ ਨਾ ਨਿੰਦੀਏ ਗੋਦੜੀ ਨੂੰ ਮਤਾ ਗੋਦੜੀ ਦੇ ਵਿੱਚ ਲਾੜ ਹੋਵੇ ਭਗਤ ਦਰ ਤੁਲ ਬ੍ਰਹਿਮ ਸਮ ਸਰ ਇੱਕ ਜੀਵ ਕੀ ਆਪ ਖਾਣਾ ਇੱਕ ਜੀਵ ਕੀ ਉਸਤਤ ਕਰੇਗੀ ਬਾਬਾ ਜੀ ਦਾ 2 ਮੀਟਰ ਦਾ ਕੱਪੜਾ ਹੈ ਸਿਰ ਤੇ ਮਹਾਂਪੁਰਖਾਂ ਦਾ ਇੱਧਰੇ ਸਾਰੇ ਆ ਗਏ ਉਧਰੋਂ ਦੇਖ ਰਿਹਾ ਉਹਨਾਂ ਨੇ ਘੇਰਾ ਪਾਇਆ ਡਾਂਗਾ ਸੋਟੇ ਚੱਲਣੇ ਸ਼ੁਰੂ ਹੋ ਗਏ ਹਾਂ ਇਹਦੇ ਕੋਲ ਇੱਕ ਸੋਟੀ ਹੈ ਜਿਹਦੇ ਨਾਲ ਉਹਨੂੰ ਚਾਰੇ ਪਾਸੇ ਰੋਕ ਰਿਹਾ ਹੈ ਜਿਹੜਾ ਦਰਜੀ ਸਿੰਘ ਕੋਲ ਹਲਵਾ ਰਿਹਾ ਹੈ ਸ਼ੀਪਾ ਬਰਾਦਰੀ ਦਾ ਉਹਨੇ ਜਿਸਮੇ ਗੱਲ ਸੁਣਾਈ ਮੈਂ ਕੋਲ ਬੈਠਾ ਮੇਰੇ ਪਿਤਾ ਜੀ ਨੂੰ ਦੱਸ ਰਿਹਾ ਸੀ ਵੀ ਹਰਨਾਮ ਸਿੰਘ ਨਾਲ ਇਸ ਤਰ੍ਹਾਂ ਹੋਈ ਮੈਂ ਉੱਥੇ ਹਲਵਾ ਰਿਹਾ ਸੀ ਕਹਿੰਦਾ ਬਾਬਾ ਕੁੰਦਨ ਸਿੰਘ ਖੜ ਕੇ ਵਿੱਚ ਜਿਸ ਸਮੇਂ ਸਾਰੇ ਬੰਦੇ ਪਏ ਚਾਰੇ ਪਾਸਿਓ ਘੇਰਾ ਪਿਆ ਤੇ ਬਾਬਾ ਕੁੰਦਨ ਸਿੰਘ ਜੀ ਇਸ ਤਰ੍ਹਾਂ ਖੜੇ ਹੋਏ ਸੀ ਕਹਿੰਦਾ ਮੈਂ ਅੱਖਾਂ ਖੋਲ ਖੋਲ ਕੇ ਵੇਖਦਾ ਖੋਲ ਖੋਲ ਕੇ ਵੇਖਦਾ ਇੱਕ ਵੀ ਆਂਚ ਨਹੀਂ ਆਈ ਜੋ ਜਨ ਪੀਰ ਨਵਾਜਿਆ ਤਿੰਨਾ ਆਂਚ ਨਾ ਲਾਗ ਡਾਂਗਾ ਸੋਟੇ ਚੱਲੇ ਉਹਨਾਂ ਦੇ ਨਾਲ ਇੱਕ ਆਦਮੀ ਜਿਹੜਾ ਘੋੜੀ ਲੈ ਕੇ ਤੇ ਬੰਦੂਕ ਲੈ ਕੇ ਆਇਆ ਕਿ ਲੋੜ ਪੈ ਗਈ ਤੇ ਮੈਂ ਇਹਨੂੰ ਗੋਲੀ ਮਾਰ ਦਿਆਂਗਾ ਪਹਿਲਾਂ ਤੁਸੀਂ ਡਾਂਗਾ ਸੁੱਟਿਆ ਨਾਲ ਇਹਨੂੰ ਸਿੱਟਣਾ ਭੰਨਣਾ ਹੈ ਫਿਰ ਮੈਂ ਗੋਲੀ ਮਾਰ ਦਿਆਂਗਾ ਉਸੇ ਸਮੇਂ ਜਦੋਂ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨੇ ਕਲਾ ਵਰਤਾਈ ਤੇ ਜਿਹੜਾ ਬੰਦੂਕ ਵਾਲਾ ਆਦਮੀ ਘੋੜੀ ਤੇ ਚੜ ਕੇ ਆਇਆ ਸੀ ਉਹੋ ਹੀ ਨਾਲਦਿਆਂ ਦਾ ਵਿਰੋਧੀ ਹੋ ਗਿਆ ਕਹਿੰਦਾ ਪਿੱਛੇ ਹਟ ਜਾਓ ਮੈਂ ਤੁਹਾਡੇ ਵਿੱਚ ਦੀ ਕੱਢ ਦੇਣੀ ਇੱਧਰ ਮਹਾਂਪੁਰਸ਼ ਖੜੇ ਨੇ ਆਖੋ ਵਾਹ ਇੱਧਰ ਕਲੇਰਾਂ ਵਾਲੇ ਬਾਬਾ ਕੁੰਦਨ ਸਿੰਘ ਜੀ ਵਿੱਚ ਖੜੇ ਹੋਏ ਆ ਐਸੀ ਮਤ ਕਮਾਈ ਏ ਵੈਰੀ ਮਿੱਤ ਸਭ ਕੀਤਿਆਂ ਨਹੀਂ ਮੰਗੇ ਮੰਦਾ ਉਹ ਵਾਪਸ ਸਾਰੇ ਦੇ ਸਾਰੇ ਵਾਪਸ ਆਏ ਉਹ ਵਿਰੋਧੀ ਉਹਦਾ ਮਿੱਤਰ ਬਣ ਗਿਆ ਵਿਰੋਧੀ ਉਹਦੇ ਪੱਖ ਚ ਜਿਹੜਾ ਉਹਦੇ ਉਹਨਾਂ ਨਾਲ ਲੜਨ ਵਾਸਤੇ ਆਇਆ ਸੀ ਉਹਦਾ ਮਿੱਤਰ ਬਣ ਗਿਆ ਉਹਦੀ ਸਪੋਰਟ ਚ ਖੜਾ ਹੋ ਗਿਆ ਫਿਰ ਹਰਨਾਮ ਸਿੰਘ ਨੇ ਕਚਹਿਰੀ ਵਿੱਚ ਜਾ ਕੇ ਉਹਨਾਂ ਦੇ ਕੇਸ ਬਣਾਉਣ ਵਾਸਤੇ ਆਪਣੀ ਉਂਗਲ ਕੱਟ ਕੇ 26 ਬਣਾਈ 3 ਮਹੀਨੇ ਹਸਪਤਾਲ ਇੱਧਰ ਉੱਧਰ ਗੇੜੇ ਲਾਉਂਦੇ ਰਹੇ ਥਾਣਿਆਂ 'ਚ ਥਾਵਾਂ 'ਤੇ ਜ਼ਮੀਨ ਦੇ ਕੇਸ ਪਿੱਛੇ ਵੱਧ ਵੱਧ ਕੇ ਲੋਕ ਪੈਂਦੇ ਆ ਦਾਸ ਦੇ ਪਿਤਾ ਜੀ ਦੇ 3-4 ਮਹੀਨੇ 6 ਮਹੀਨੇ ਇਸ ਇਲਾਜ 'ਚ ਇਹਦਾ ਬਾਂਹ ਦਾ ਇਲਾਜ ਨਹੀਂ ਸੀ ਵੀ ਇਹ ਬਾਂਹ ਵਿੱਚੋਂ ਹੱਡੀ ਨਿਕਲ ਗਈ ਪਰ ਬਾਬਾ ਜੀ ਕੋਲ ਜਦੋਂ ਬੇਨਤੀ ਕੀਤੀ ਨਾਨਕ ਸਾਹਿਬ ਜਾ ਕੇ ਬਾਬਾ ਜੀ ਨੇ ਡਾਕਟਰ ਕੁਲਤਾਰ ਦਾ ਨਾਂ ਲਿਆ ਉਹਨੂੰ ਲੈ ਲਓ ਉਹਨਾਂ ਦੇ ਹਸਪਤਾਲ 'ਚ ਆਉਣ ਦੀ ਦੇਰ ਸੀ ਕਿ ਇਹੋ ਜਿਹਾ ਡਾਕਟਰ ਇੱਕ ਬਾਹਰੋਂ ਆ ਗਿਆ ਬਾਹਰਲੇ ਦੇਸ਼ 'ਚੋਂ ਉਹ ਕਹਿੰਦਾ ਹੱਡੀ ਲਿਆਓ ਮੈਨੂੰ ਵਿੱਚ ਰੱਖ ਕੇ ਉਹਨੂੰ ਕਰਕੇ ਠੀਕ ਉਹਨੇ ਸਭ ਪਹਿਲਾਂ ਹੱਡੀ ਦਾ ਕੀਤਾ ਫਿਰ ਨਾੜਾਂ ਦਾ ਕੀਤਾ ਉਸ ਬਾਂਹ ਨੂੰ ਚਾਲੂ ਕਰਤਾ ਕੋਈ 2-4-6 ਮਹੀਨੇ ਸਮਾਂ ਲੱਗਿਆ ਇੱਧਰੇ ਪਏ ਹੋਏ ਨੇ ਪਿਆ ਹੋਇਆਂ ਨੂੰ
ਕਹਿੰਦੇ ਆਪਾਂ ਕਿੱਥੇ ਪਏ ਆ? ਸਾਡੇ ਮਾਤਾ ਜੀ ਕਹਿੰਦੇ ਆਪਾਂ ਹਸਪਤਾਲ ਚ, ਕਹਿੰਦੇ ਨੀ ਆਪਾਂ ਨਾਨਕ ਸਾਰਾ ਬਾਬਾ ਕੇਹਰ ਸਿੰਘ ਜੀ ਕੀਰਤਨ ਕਰ ਰਹੇ ਨੇ, ਇੱਥੇ ਤਾਂ ਚੋਲੇ ਵਾਲੇ ਸਾਰੇ ਖੜੇ ਆ, ਹਸਪਤਾਲ ਦੇ ਵਿੱਚ ਮੁਸੀਬਤ ਪਈ, ਚੋਲੇ ਵਾਲੇ ਖੜੇ ਨੇ ਤੇ ਧਾਰਨਾ ਲੱਗੀ ਹੋਈ ਹੈ, ਮੇਰਾ ਗੁਰੂ ਰਖਵਾਲਾ ਹੋਵਾ, ਮੇਰਾ ਗੁਰੂ ਰਖਵਾਲਾ ਕਿ ਗੁਰੂ ਮੇਰੀ ਜ਼ਮੀਨ ਦਾ ਕੰਮ ਕਰ ਦੇਗਾ। ਕੋਰਟ ਕਚਹਿਰੀਆਂ ਦੇ ਵਿੱਚ ਧੱਕੇ ਖਾਣ ਤੇ ਸਾਨੂੰ ਭਰੋਸਾ ਹੈ। ਹਰਨਾਮ ਸਿੰਘ ਨੇ 3-4 ਮਹੀਨੇ ਕਚਹਿਰੀਆਂ ਦੇ ਧੱਕੇ ਰੋਜ਼ ਪੁਲਿਸ ਕੋਲ ਰੋਜ਼ ਤਰੀਕਾਂ ਪੈ ਰਹੀਆਂ ਨੇ, ਇੱਧਰ ਉਹ ਤੇ ਉੱਧਰ ਉਹ ਆਪੋ ਆਪਣੇ ਕੇਸ ਨੂੰ ਮਜ਼ਬੂਤ ਕਰਨ ਲੱਗੇ ਆ। ਤੇ ਜੇ ਬਾਬਾ ਜੀ ਨੇ ਕਿਹਾ ਸੀ ਤੁਸੀਂ ਮਹੀਨਾ ਮਾਘ ਦਾ ਨਹੀਂ ਜਾਣਾ, ਜ਼ਮੀਨਾਂ ਦੇ ਵੀ ਕੰਮ ਰਾਸ ਇੱਧਰ ਵੀ ਸਾਰੇ। ਮਾਂ ਪੁੱਛ ਕਹਿੰਦੀ ਇੱਕ ਦਿਨ ਤੋਂ ਬਾਅਦ ਸਾਡੀ ਜ਼ਿੰਮੇਵਾਰੀ ਨਹੀਂ, ਜੇ ਇੱਕ ਮਹੀਨਾ ਸੇਵਾ ਕਰ ਲੈਂਦੇ ਤੇ ਜਿਹੜੀ ਇਹ ਬਾਂਹ ਤੇ ਗੋਲੀ ਚੱਲੀ, ਨੁਕਸਾਨ ਹੋਇਆ, 3-6 ਮਹੀਨੇ ਦੁੱਖ ਚੱਲੇ, ਬਾਂਹ ਤੇ ਵੀ ਸੰਕਟ ਆਇਆ, ਅੱਗੇ ਨਾਲ ਕਮਜ਼ੋਰ ਵੀ ਹੋ ਗਈ, ਇਹ ਨਹੀਂ ਹੋਣਾ ਸੀ। ਆਖੋ ਸੀ ਇੱਕ ਮਹੀਨੇ ਵਿੱਚ ਮਹਾਂਪੁਰਖ ਕਈ ਮਹੀਨਿਆਂ ਦਾ ਸੰਕਟ ਕੱਟ ਰਹੇ ਸੀ, ਤੇ ਇੱਕ ਮਹੀਨੇ ਵਿੱਚ ਕੋਰਟ ਕਚਹਿਰੀਆਂ ਇੱਧਰ ਉੱਧਰ ਦੇ ਧੱਕੇ ਮਹਾਂਪੁਰਖ ਕੱਟ ਕੇ ਸੁੱਖ ਨਾਲ ਵਸਤੂ ਦੇ ਰਹੇ ਸੀ। ਜਦੋਂ ਦਰਗਾਹੋਂ ਫਰਮਾਨ ਹੋ ਜੇ ਫਿਰ ਦੁਨੀਆਂ 'ਚ ਕੰਮ ਹੁੰਦਿਆਂ ਦੇਰ ਨਹੀਂ ਲੱਗਦੀ। ਦਰਗਾਹੋਂ ਨਾ ਫਰਮਾਨ ਹੋਵੇ ਦੁਨੀਆਂ 'ਚ ਤੁਸੀਂ ਸਾਰੀਆਂ ਸ਼ਕਤੀਆਂ ਵਰਤ ਲਓ, ਤੁਹਾਡਾ ਕੰਮ ਨਹੀਂ ਹੋਏਗਾ। ਹੁਕਮ ਦਰਗਾਹੋਂ ਚੱਲਦੇ ਹਾਂ। ਬਾਬਾ ਜੀ ਇਹਨਾਂ ਦੇ ਬਾਬਾ ਜੀ ਨੇ ਕਿਹਾ ਨੀ ਭਾਈ ਤੁਹਾਡੇ ਤੇ ਸੰਕਟ ਨਾ ਜਾਓ। ਬਾਬਾ ਜੀ ਨੇ ਕਿਹਾ ਸੀ ਤੁਸੀਂ ਮਹੀਨਾ ਨਹੀਂ ਜਾਣਾ ਸੀ, ਉਹਨਾਂ ਕੋਲ ਘਾਟ ਹੀ ਜਿੰਨੇ ਮਰਜ਼ੀ ਸੇਵਾਦਾਰ, ਉਹ ਤਾਂ ਉਹਨਾਂ ਦਾ ਔਖਾ ਸਮਾਂ ਵੇਖ ਕੇ ਕੱਟ ਰਹੇ ਨੇ। ਇਸ ਬੀਬੀ ਨੂੰ ਲੰਬਾ ਸਮਾਂ ਹੋ ਗਿਆ ਦਰਬਾਰ ਸਾਹਿਬ ਜਾਂਦਿਆਂ, ਸੇਵਾ ਕਰਦਿਆਂ, ਬੇਨਤੀਆਂ ਅਰਦਾਸਾਂ ਕਰਦਿਆਂ, ਕੋਈ ਗੁਰਮੁਖ ਮਹਾਂਪੁਰਖ ਸੰਗੀ ਮਿਲ ਗਿਆ, ਉਹਦੇ ਨਾਲ ਗੱਲ ਕੀਤੀ ਵੀ ਮੈਂ ਕਦੀ ਆਪਦਾ ਨੇਮ ਸੇਵਾ ਨਹੀਂ ਖੁੰਝਾਈ, ਪਰ ਸਾਡੇ ਘਰ ਵਿੱਚ ਵਰਗੀ ਸ਼ਾਂਤੀ ਕੱਢ, ਸਾਡੇ ਘਰ ਵਰਗਾ ਨਰਕ ਕਿਸੇ ਦਾ ਵੀ ਨਹੀਂ। ਉਹ ਕਹਿੰਦੇ ਤੂੰ ਬਾਬਾ ਨਾਨਕ ਸਿੰਘ ਜੀ ਕੋਲ ਜਾ ਨਾਨਕ ਸਰ। ਉਹ ਬੀਬੀ ਬਾਬਾ ਜੀ ਕੋਲ ਆਈ ਨਾਨਕ ਸਰ, ਬਾਬਾ ਜੀ ਕਿਰਪਾ ਕਰੋ, ਮੈਂ ਆਪਣਾ ਨੇਮ ਵੀ ਪੂਰਾ ਕਰਦੀ ਹਾਂ, ਪਾਠ ਪੂਜਾ ਦਰਬਾਰ ਸਾਹਿਬ ਵੀ ਪੂਰਾ ਸਮਾਂ ਲਾ ਕੇ ਆਉਣੀ ਹੈ, ਪਰ ਸਾਡੇ ਘਰ ਵਿੱਚ ਬਹੁਤ ਹੀ ਦੁੱਖ ਤਕਲੀਫ ਹੈ, ਬੇਅਤਫਾਕੀ ਹੈ, ਕੋਈ ਸ਼ਾਂਤੀ ਨਹੀਂ, ਇੱਕ ਪਲ ਦੀ ਵੀ ਸ਼ਾਂਤੀ ਨਹੀਂ, ਨਰਕ ਬਰਾਬਰ ਘਰ ਹੈ। ਬਾਬਾ ਜੀ ਕਹਿੰਦੇ ਬੀਬੀ ਸਾਡਾ ਤਾਂ ਵਿਦੇਸ਼ ਇਹ ਹੋਈ ਹੈ ਵੀ ਪਤੀ ਦੀ ਸੇਵਾ ਕਰਿਆ ਕਰ, ਪਤੀ ਦੀ ਆਗਿਆ 'ਚ ਰਿਹਾ ਕਰ, ਪ੍ਰਸ਼ਾਦ ਦੇ ਕੇ ਸੇਵਾਦਾਰ। ਕਹਿੰਦੇ ਚਲੋ ਬੀਬੀ ਚਲੋ, ਬਾਬਾ ਜੀ ਨੇ ਹੁਕਮ ਕੀਤਾ ਮੰਨੋ। ਸੇਵਾਦਾਰਾਂ ਨੇ ਪਿੱਛੇ ਉਹ ਸੋਚਦੀ ਰਹਿ ਗਈ, ਉਹ ਏਡਾ ਜ਼ਾਲਮ, ਇੰਨਾ ਦੁਸ਼ਟ, ਉਹ ਗੁਰੂ ਰਾਮਦਾਸ ਦਾ ਨਾਮ ਨਹੀਂ ਲੈਣ ਦਿੰਦਾ ਦਰਬਾਰ ਸਾਹਿਬ ਦਾ, ਜਾਣ ਨਹੀਂ ਦਿੰਦਾ, ਉਹਨੂੰ ਮੈਂ ਕੀ ਸੇਵਾ ਕਰਾਂ, ਉਹਦੀ ਆਗਿਆ 'ਚ ਕੀ ਰਾਮ ਤਾਂ ਕਹਿ ਕੇ ਨਹੀਂ ਜਾਣਾ। ਬੜੇ ਮਨ ਵਿੱਚ ਉਤਰਾਅ ਚੜਾਅ ਦੇ ਰਹੇ। ਫਿਰ ਸੋਚਿਆ ਜੇ ਮਹਾਂਪੁਰਖਾਂ ਕੋਲ ਜਾਣਾ ਹੈ ਤੇ ਉਹਨਾਂ ਦਾ ਹੁਕਮ ਮੰਨਣਾ ਜ਼ਰੂਰੀ ਹੁੰਦਾ, ਇਹ ਤਾਂ ਮੈਂ ਸਾਰੀ ਉਮਰ ਕਰਕੇ ਵੇਖ ਲਿਆ।
ਸਾਰਾ ਕੁਝ ਘਰ ਵਿੱਚ ਸ਼ਾਂਤੀ ਨਹੀਂ ਆਈ। ਹੁਣ ਮਹਾਂਪੁਰਖਾਂ ਦਾ ਬਚਨ ਮੰਨ ਘਰੇ ਆਈ, ਆਪਦੇ ਪਤੀ ਨੂੰ ਪਹਿਲੀ ਵਾਰੀ ਜ਼ਿੰਦਗੀ 'ਚ ਹੱਥ ਜੋੜ ਕੇ ਤੇ ਸਿਰ ਨੂੰ ਆ ਕੇ ਕਿਹਾ ਵੀ ਮੈਨੂੰ ਆ ਗਿਆ, ਮੈਂ ਜਾਵਾਂ ਦਰਬਾਰ ਸਾਹਿਬ। ਉਹ ਕਹਿੰਦਾ ਮੈਥੋਂ ਪੁੱਛ ਕੇ ਧੱਕੇ ਖਾਂਦੀ, ਮੈਥੋਂ ਪੁੱਛ ਕੇ ਜਾਂਦੀ। ਕਹਿੰਦੀ ਨਹੀਂ, ਤੁਸੀਂ ਕਹੋਗੇ ਤੇ ਮੈਂ ਜਾਣਾ ਕਿ ਨਹੀਂ ਜਾਣਾ। ਨਹੀਂ ਗਈ, ਘਰੇ ਲੱਗੀ ਰਹੀ, ਘਰ ਦੇ ਸਾਰੇ ਕੰਮ ਕਰੀ ਗਈ ਜੋ ਕਰਨਾ। ਸ਼ਾਮ ਨੂੰ ਪੁੱਛਿਆ ਉਹਨੇ, ਕਿਹਾ ਨਹੀਂ। ਜਦੋਂ ਦਰਬਾਰ ਸਾਹਿਬ ਦਾ ਨਾਂ ਜਾਂ ਪਾਠ ਪੂਜਾ ਤੋਂ ਕਰਦਾ ਨਹੀਂ, ਪਰ ਮਨ ਮਾਰ ਕੇ ਘਰ ਵਿੱਚ ਹੀ ਲੱਗ ਗਈ ਚੌਕੀ ਪੂਰੀ। ਦੋ ਤਿੰਨਾਂ ਦਿਨ ਬਾਅਦ ਕਹਿੰਦਾ ਵੀ ਤੈਨੂੰ ਅਕਲ ਕਿੰਨੇ ਦੇ ਦੀ, ਹੁਣ ਤੱਕ ਤਾਂ ਤੈਨੂੰ ਅਕਲ ਨਹੀਂ ਆਈ, ਤੇਰੀ ਮੇਰੀ ਤੇ ਇਹ ਲੜਾਈ ਬਣੀ ਰਹੀ ਹੈ, ਤੂੰ ਮੈਨੂੰ ਗੁਰੂ ਰਾਮਦਾਸ ਤੋਂ ਬੇਮੁਖ ਕਰਨ ਵਾਲੀ ਤੂੰ, ਗੁਰੂ ਦੇ ਦਰਬਾਰ ਤੋਂ ਤੋੜਨ ਵਾਲੀ ਤੂੰ। ਹਰ ਹਰ ਘਰ ਦੀ ਲੋੜ ਵੇਲੇ ਤੂੰ ਦਰਬਾਰ ਸਾਹਿਬ, ਤੇ ਮੈਂ ਤੇਰੇ ਘਰ ਟੁੱਟਿਆ ਹੋਇਆ, ਇਹ ਤੈਨੂੰ ਮੱਤ ਕਿੰਨੇ ਦੇ ਦੀ। ਕਹਿੰਦੀ ਬਾਬਾ ਆਨੰਦ ਸਿੰਘ ਜੀ ਕੋਲ ਕਿਸੇ ਨੇ ਮੈਨੂੰ ਭੇਜਿਆ ਸੀ ਨਾਨਕ ਸਾਹਿਬ, ਮੈਂ ਉਹਨਾਂ ਕੋਲ ਬੇਨਤੀ ਕੀਤੀ, ਉਹਨਾਂ ਨੇ ਕਿਹਾ ਬੀਬੀ ਪਤੀ ਦੀ ਆਗਿਆ ਚ ਰਿਹਾ ਕਰੋ, ਪਤੀ ਦੀ ਸੇਵਾ ਕਰਿਆ ਕਰੋ, ਮੈਨੂੰ ਕਿਸੇ ਸੇਵਾਦਾਰ ਨੇ ਗੱਲ ਹੀ ਨਹੀਂ ਕਰਨ ਦਿੱਤੀ, ਚੱਲ ਬੀਬੀ ਚੱਲ ਬੀਬੀ, ਪ੍ਰਸ਼ਾਦ ਮਿਲ ਗਿਆ, ਬਾਬਾ ਜੀ ਜੋ ਕਿਹਾ ਕਰ। ਮੈਂ ਉਹਨਾਂ ਕੋਲ ਚਾਹੁੰਦੀ ਸੀ ਦੱਸਣਾ ਕਿ ਮੈਂ ਸਾਰਾ ਦੱਸਾਂ, ਪਤੀ ਇਹੋ ਜਿਹਾ, ਪਤੀ ਦੁਸ਼ਟ ਹੈ, ਪਤੀ ਮਾੜਾ ਹੈ, ਪਰ ਕੋਈ ਵੀ ਨਾ ਗੱਲ ਹੋਈ। ਉਹ ਕਹਿੰਦੇ ਉਹਨਾਂ ਨੇ ਹੁਕਮ ਕੀਤਾ ਸੀ, ਕਹਿੰਦੇ ਲੈ ਹੁਣ ਫਿਰ ਆਪਾਂ ਦੋਨੋਂ ਹੀ ਦਰਬਾਰ ਸਾਹਿਬ ਜਾਵਾਂ ਕਰਾਂਗੇ, ਦੋਨੋਂ ਹੀ ਸੇਵਾ ਕਰਾਂ ਕਰਾਂਗੇ। ਦੋਵੇਂ ਜਣੇ ਮਿਲ ਕੇ ਦਰਬਾਰ ਸਾਹਿਬ ਜਾਣ ਲੱਗੇ, ਸੇਵਾ ਕਰਨ ਲੱਗੇ, ਸਾਰਾ ਘਰ ਸਵਰਗ ਬਣ ਗਿਆ, ਸਾਰੇ ਘਰ ਵਿੱਚ ਸੁੱਖ ਸ਼ਾਂਤੀ ਆ ਗਈ। ਇੱਕ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੇ ਕਿਸੇ ਚੰਗੇ ਡਾਕਟਰ ਵੈਦ ਤੋਂ ਪੁੱਛ ਕੇ ਤਾਂ ਇੱਕ ਬੁੜੀ ਲੈ ਲਾ, ਤੂੰ ਕਿੰਨੇ ਮਰਜ਼ੀ ਇਲਾਜ ਕਰਾਈ, ਕੋਈ ਹੋਵੇ ਨਬਜ਼ ਫੜ ਕੇ ਰੋਗ ਪਛਾਣ ਕੇ ਜਿਹੜਾ ਇਲਾਜ ਕਰ ਦੇਵੇ ਉਹ ਇੱਕ ਬੁੜੀ ਨਾਲ ਵੀ ਬਚਾ ਸਕਦਾ। ਮਰਜ਼ੀ ਦੇ ਨਾਲ ਅਸੀਂ ਕਈ ਇਲਾਜ ਦੇ ਇਲਾਜ ਕੀਤੇ, ਕਈ ਦਵਾਈਆਂ ਖਾਧੀਆਂ, ਫਰਕ ਨਹੀਂ ਪਿਆ। ਮਹਾਂਪੁਰਖ ਸਾਧੂ ਉਹ ਚੀਜ਼ ਨੂੰ ਫੜਦੇ ਜਿਹੜੀ ਉਹ ਰੋਗ ਵਾਲੀ ਹੈ, ਜਿੱਥੋਂ ਉਹਨੇ ਠੀਕ ਹੋਣਾ ਹੈ। ਇਸ ਕਰਕੇ ਜਾਂ ਨਾਨਕ ਭਗਤ ਦਰ ਤੁਲ ਬ੍ਰਹਿਮ ਸੰਸਰ ਇੱਕ ਜਿਹੀ ਕਿਹਾ ਵਖਾਣੇ। ਧੰਨ ਗੁਰੂ ਅਰਜਨ ਦੇਵ ਜੀ ਨੇ ਚਾਰ ਪੰਜ ਸਵਈਏ ਇੱਕ ਸਾਧੂ ਮਹਾਂਪੁਰਖ ਦੇ ਦਰ ਦੇ ਤੇ ਸਾਧੂ ਦੇ ਸੋਭਾ ਚੁਸਤਰ ਚ ਲਿਖੇ, ਹੈ ਨਿਰੰਕਾਰ ਕਾਲ ਪੁਰਖ ਤੇਰੇ ਸੰਤ ਤੇਰੇ ਸਾਧੂ ਤੇਰੇ ਭਗਤ ਮਹਾਂਪੁਰਖਾਂ ਦੇ ਤੁਲ ਕੀ ਚੀਜ਼ ਹੈ। ਉਹਨਾਂ ਦੇ ਤੁਲ ਕੁਝ ਵੀ ਨਹੀਂ, ਉਹ ਉਹਨਾਂ ਦੇ ਦਰ ਤੇ ਸਾਰੇ ਹੀ ਅੰਮ੍ਰਿਤ ਪ੍ਰਵਾਹ ਸਾਰੀਆਂ ਸ਼ਕਤੀਆਂ ਉੱਥੇ ਵਗਦੀਆਂ, ਉੱਥੇ ਸਾਰੇ ਖਜ਼ਾਨੇ ਨੇ, ਉੱਥੇ ਸਾਰੇ ਨਿਦਾਨ ਨੇ। ਜਿਨ੍ਹਾਂ ਨੇ ਨਾਮ ਜਪਣਾ ਹੈ, ਸਿਮਰਨ ਭਜਨ ਬੰਦਗੀ ਦੀ ਕਮਾਈ ਕਰਨੀ, ਬਾਬਾ ਜੀ ਦੇ ਘਰ ਦੇ ਪੂਰੇ ਸੂਰੇ ਮਹਾਂਪੁਰਖ ਹੋਏ ਨੇ। ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਤੋਂ, ਬਰੋਸਾਏ ਬਾਬਾ ਈਸ਼ਰ ਸਿੰਘ ਜੀ ਤੋਂ, ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ, ਜਿਨ੍ਹਾਂ ਦੇ ਅੱਜ ਆਪਾਂ ਉਹਨਾਂ ਦੇ ਚਰਨਾਂ ਵਿੱਚ ਹਾਜ਼ਰੀ ਲਾ ਕੇ ਅੱਜ ਦੇ ਕੀਰਤਨ ਦੀ, ਅੱਜ ਦਾ ਦਿਨ ਜਿਹੜਾ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਦੀ ਯਾਦ ਦੇ ਵਿੱਚ, ਕਿਉਂਕਿ ਉਹਨਾਂ ਦੇ ਬਰਸੀ ਦੇ ਦਿਹਾੜੇ ਆ ਰਹੇ ਨੇ ਅੱਗੇ, ਅਤੇ ਇਹ ਸਾਰੀਆਂ ਸੰਗਤਾਂ ਜਿਨ੍ਹਾਂ ਨੇ ਬਾਬਾ ਜੀ ਤੋਂ ਬਖਸ਼ ਕਿਰਪਾ ਲਈਆਂ, ਮਹਾਂਪੁਰਸ਼ ਹੀ ਸਾਰੀਆਂ ਦਾਤਾਂ ਦੇ ਕੇ ਜਾਂਦੇ ਆ, ਜਿਹਦੇ ਮਰਜ਼ੀ ਸਿਰ 'ਤੇ ਹੱਥ ਰੱਖਦੇ, ਜੋ ਮਰਜ਼ੀ ਬਖਸ਼ਿਸ਼ ਕਰਦੇ ਨੇ। ਪਰ ਅਸੀਂ ਬੜਾ ਕੁਝ ਸੋਚਦੇ ਰਹਿੰਦੇ ਹਾਂ, ਵੱਡਿਆਂ ਛੋਟਿਆਂ ਦੀਆਂ ਵਿਚਾਰਾਂ 'ਚ ਲੱਗੇ ਰਹਿੰਦੇ, ਆਹ ਥਾਂ ਵੱਡਾ ਆਹ ਥਾਂ ਛੋਟਾ, ਆਹ ਆਹ ਦਰ ਵੱਡਾ ਆਹ ਥਾਂ ਛੋਟਾ, ਆਹ ਨਾਮ ਜ਼ਿਆਦਾ ਸ਼ਕਤੀ ਵਾਲਾ ਹੈ, ਨਾਮ ਘੱਟ ਸ਼ਕਤੀ ਵਾਲਾ ਹੈ। ਅਸੀਂ ਸਾਡੀਆਂ ਬਹੁਤ ਦੌੜਾਂ ਲੱਗੀਆਂ ਰਹਿੰਦੀਆਂ,
ਪਰ ਮਹਾਂਪੁਰਸ਼ ਕਮਾਈ ਕਰਨ ਵਾਲੇ ਨਾਮ ਜਪਣ ਵਾਲੇ ਸਾਧੂ ਸੰਤ ਦੀ ਗੁਰੂ ਸਾਹਿਬ ਦੇ ਵਿੱਚ ਥਾਂ ਥਾਂ ਤੇ ਵਡਿਆਈ ਦਿੱਤੀ ਹੈ। ਜਿਨ੍ਹਾਂ ਮਹਾਂਪੁਰਖਾਂ ਦੇ ਬਰਾਬਰ ਨਹੀਂ ਕੋਈ, ਜਿਨ੍ਹਾਂ ਦੀ ਇੱਕ ਨਜ਼ਰ ਵੇੜਿਆਂ ਨੂੰ ਤਾਰਦੀ ਹੈ। ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ। ਹੁਣ ਸਮਾਪਤੀ ਹੈ, ਹੁਕਮਨਾਮਾ ਸਰਵਣ ਕਰੋ ਤੇ ਫਿਰ ਪਾਠ, ਸੁਖਮਣੀ ਦੇ ਪਾਠ ਹੋਣਗੇ। ਧੰਨ ਗੁਰੂ ਨਾਨਕ। ਹਰ ਜਸ